क्वेश्चन जेड़ा दोस्तों आ रहा है दिमाग दे विच बड़े ध्यान नाल सुनना। क्वेश्चन ये आ रहा है भी असी बाहर तो फॉरन कंट्रियां दे विच असी आना चाहते हैं, आना भी चाहिए वधिया फ्यूचर वास्ते, वधिया ब्राइट फ्यूचर वास्ते आना चाहिए। पर जेड़ा क्वेश्चन हैगा भी किसी भी तरीके नाल तरीका की होना चाहिए, देखो तरीका की होना चाहिए किसी भी कंट्री दे विच जाण दा, इहदे ते क्वेश्चन है। तुसीं जवाब देना बड़े ध्यान नाल, अपने बोल जिहड़े हैगे ने असीं ने वर्ड्स जिहड़े चुनने ने वो बड़े ध्यान नाल चुनने हैगे ने, क्योंकि ऑब्वियस है जदों असीं गल्लां बातां करदे हां बड़ा दिमाग दे विच बड़ियां टेढ़ियां वेढ़ियां चीज़ां आउंदियां ने ते साडे च अग्रेशन भी आउंदा हैगा। पर असीं क्वेश्चन कर रहे हैगे हां, अज जिहड़ा क्वेश्चन कर रहे हैगे हां भी बाहर आउणा तां तुहाडी मर्जी ते डिपेंड करदा है, पर तरीके की हो सकदे ने। एग्जाम्पल दे रहे हैगा, अज किसी न्यूज से पढ़ रहा सीगा भी असी करोड़ा रुपया दिने फॉरन कंट्रियां आने वास्ते, लखा रुपया दिने असी फॉरन कंट्रियां आने वास्ते, ठीक है तुहाडा दिल है तुसी आना चाहते हो एक वधिया फ्यूचर वास्ते, पर की वो जिहड़ा पैसा इन्ना पैसा दे के आना सही है या गलत है, ये तुसी दसना है। आना ना आना ये भी हर बंदे दे उत्ते, हर बंदे नूं पता भी मैं क्यों आना चाहना, पर इन्ना पैसा दे के ते एक डिफरेंट तरीका चूज करके आना सही जा गलत, तुसी दसना है। सांझ रेडियो टोरंटो से गल्लां बातां कर रहे हैं एक घंटा, तो हुण तां इस टाइम फेसबुक एंड यूट्यूब से भी लाइव आ चुके हैं, उत्थे भी तुसी सानू देख सकते हो, गल्लां बातां सुन सकते हो। सुनते रहो सांझ रेडियो टोरंटो। गाना गाना पूरा सुनावाने मान साहब साढ़े फेवरेट, साढ़े सारे दे फेवरेट, बा कमाल इंसान दे बा कमाल सिंगर, गल्लां बातां पूरियां करांगे अज। बट नाल दी नाल सुनेहे देने बहुत जरूरी ने दोस्तों। गगन नरूला साहब दा नंबर एक बार दोबारा नोट कर लो, एप्पल वुड टाउन 2-3 बेडरूम दा कोंडोज इन्हां कोले आए ने, एप्पल वुड टाउन मिसिसागा दे विच, ते हैरान हो जाओगे जदों प्राइस सुनोगे 7 लाख, 7 लाख दी प्राइस ते मिसिसागा, ਬੜੀ ਵੱਡੀ ਗੱਲ ਹੈ। ਐਪਲਵੁੱਡ ਟਾਊਨ ਹੈ, 2 ਬੈਡਰੂਮ ਲੈਣੇ ਨੇ 3 ਬੈਡਰੂਮ ਲੈਣੇ ਨੇ, ਕਾਲ ਕਰੋ ਗਗਨ ਨਰੂਲਾ ਸਾਹਿਬ ਨੂੰ 6475492409, 647-549-2409, 647-549-2409 ਤੇ ਗਗਨ ਨਰੂਲਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਨੰਬਰ ਹੋਰ ਨੋਟ ਕਰੋ ਦੋਸਤੋ, ਹਰਪ੍ਰੀਤ ਸਿੰਘ ਸਾਹਿਬ ਦਾ ਹਮੇਸ਼ਾ ਟੈਨਸ਼ਨ ਰਹਿੰਦੀ ਹੈ ਵੀ ਸਾਡੀ ਆਟੋ ਤੇ ਹੋਮ ਇੰਸ਼ੋਰੈਂਸ ਕਿਵੇਂ ਘਟੂਗੀ, ਘਟਨੀ ਘਟਣ ਦੇ ਵਿੱਚ ਕਿਸੇ ਨੇ ਮਾਈਨਸ ਨਹੀਂ ਕਰ ਦੇਣਾ ਆ ਕੇ, ਬਟ ਕਿਹੜਾ ਕਸਟਮਾਈਜ਼ ਕਰਨਾ ਹੁੰਦਾ ਪਲੈਨਸ ਨੂੰ, ਕਈ ਵਾਰ ਲੈਕ ਆਫ ਨੌਲੇਜ ਕਰਕੇ ਸਾਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਕੰਪਨੀ ਦੇ ਨਾਲ ਕਨੈਕਟ ਕਰਨਾ ਹੈਗਾ, ਉਹਦੇ ਵਾਸਤੇ ਤੁਹਾਨੂੰ ਹੈਲਪ ਕਰਦੇ ਨੇ ਹਰਪ੍ਰੀਤ ਸਿੰਘ ਸਾਹਿਬ। ਆਟੋ ਇੰਸ਼ੋਰੈਂਸ ਕਰਾਉਣੀ ਹੈ, ਹੋਮ ਇੰਸ਼ੋਰੈਂਸ ਕਰਾਉਣੀ ਹੈ, ਕਾਲ ਕਰੋ ਹਰਪ੍ਰੀਤ ਸਿੰਘ ਸਾਹਿਬ ਨੂੰ 6475-621-7890, 647-621-7890 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਮੈਂ ਦੁਬਾਰਾ ਦੱਸਦਾ ਦੋਸਤੋ, ਸਾਂਝ ਰੇਡੀਓ ਟੋਰਾਂਟੋ ਇਸ ਟਾਈਮ ਫੇਸਬੁੱਕ ਐਂਡ ਯੂਟਿਊਬ ਦੇ ਉੱਤੇ ਲਾਈਵ ਹੈ, ਤੁਸੀਂ ਸਾਨੂੰ ਉੱਥੇ ਦੇਖ ਵੀ ਸਕਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਵੀ ਕਰ ਸਕਦੇ ਹੋ, ਆਪਣੇ ਕਮੈਂਟ ਵੀ ਸ਼ੇਅਰ ਕਰ ਸਕਦੇ ਹੋ। ਤੇ ਵੱਡੀ ਗੱਲ ਦੋਸਤੋ, ਅੱਜ ਦਾ ਟੋਪਿਕ ਬੜਾ ਸੈਂਸਿਟਿਵ ਟੋਪਿਕ ਹੈ, ਕੁਐਸਚਨ ਸਿਰਫ ਇੰਨਾ ਕੀ ਹੈਗਾ, ਅਸੀਂ ਜ਼ਰੂਰ ਚਾਹੁੰਦੇ ਹਾਂ ਵਧੀਆ ਫਿਊਚਰ ਵਾਸਤੇ ਵਧੀਆ ਕੰਟਰੀਆਂ ਦੇ ਵਿੱਚ ਜਾਣਾ, ਪਰ ਤਰੀਕੇ ਕੀ ਹੋਣੇ ਚਾਹੀਦੇ ਨੇ ਉਹ ਤੁਸੀਂ ਦੱਸਣੇ ਹੈਗੇ ਨੇ। ਗੱਲਾਂ ਬਾਤਾਂ ਕਰ ਰਹੇ ਹੈਗੀਆਂ 905-673-3337 ਦੇ ਉੱਤੇ, ਕਰਦੇ ਹਾਂ ਕਿ ਆਪ ਇਸ ਕੈਸਟ ਨੂੰ ਵੀ ਜਿਉਂਦਿਆਂ ਦੇ ਵੇਲੇ
ਬਿਲਕੁਲ ਜੀ ਬਿਲਕੁਲ ਕਾਲ ਤੇ ਸਾਡੀਆਂ ਲਵਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ 294 ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਵਧੀਆ ਜੀ ਵਧੀਆ, ਤੁਸੀਂ ਦੱਸੋ ਕਿਵੇਂ? ਬਹੁਤ ਵਧੀਆ ਜੀ ਬਹੁਤ ਵਧੀਆ, ਕੀ ਕਹਿਣਾ ਚਾਹੁੰਗੇ? ਤਰੀਕੇ ਬਾਜੀ ਜਿੰਜ ਬਸ ਲਾਈਫ ਦਾ ਰਿਸਕ ਨਾ ਹੋਵੇ ਆਪਣੇ ਚੋਂ, ਕਈ ਜ਼ਿਆਦਾ ਹੋ ਜਾਂਦੇ ਆ ਜਿਵੇਂ ਅਸੀਂ ਜਾਣਾ ਹੀ ਜਾਣਾ ਕਿਸੇ ਵੀ ਤਰੀਕੇ ਜਾਈਏ, ਬਟ ਬਹੁਤ ਸਾਰੇ ਲੀਗਲ ਤਰੀਕੇ ਆ, ਤੁਸੀਂ ਬਹੁਤ ਸਾਰੇ ਵੇ ਆਊਟ ਆ, ਪੇਸ਼ੈਂਸ ਰੱਖ ਕੇ ਟਰਾਈ ਕਰਕੇ ਤੁਸੀਂ ਆ ਸਕਦੇ ਹੋ, ਬਹੁਤ ਜ਼ਿਆਦਾ ਕੇਸਿਸ ਆ, ਬਟ ਜਿਹਦੇ ਚ ਕਈ ਲਾਈਫ ਦਾ ਰਿਸਕ ਲੈਂਦੇ ਆ, ਇਟ ਡਜ਼ਨਟ ਮੇਕ ਐਨੀ ਸੈਂਸ ਕਿ ਤੁਸੀਂ ਇੰਨੇ ਪੈਸੇ ਲਾ ਕੇ ਆਪਣੀ ਲਾਈਫ ਦਾ ਰਿਸਕ ਲੈ ਰਹੇ ਹੋ। ਇੰਨੇ ਪੈਸੇ ਲਾ ਕੇ ਤੁਸੀਂ ਉੱਥੇ ਵੀ ਕੋਈ ਬਿਜ਼ਨਸ ਕਰ ਸਕਦੇ ਹੋ, ਹੋਰ ਕੋਈ ਓਪਰਚੁਨਿਟੀ ਕਰ ਸਕਦੇ ਹੋ, ਇੰਨੇ ਪੈਸੇ ਲਾ ਕੇ ਇੱਕ ਲਾਈਫ ਦਾ ਰਿਸਕ ਲੈਣਾ ਵੱਡੀ ਗੱਲ ਬਹੁਤ, ਉਹ ਕੋਈ ਫਾਇਦਾ ਨੀ ਉਸ ਚੀਜ਼ ਦਾ। ਕਿਆ ਬਾਤ ਹੈ, ਕਿਆ ਬਾਤ ਹੈ, ਤੁਸੀਂ ਨਾਮ ਰਜਿਸਟਰ ਕਰਨਾ ਆਪਣਾ। ਨਹੀਂ ਜਿਹੜੇ ਐਜੂਕੇਟ ਹੈਗੇ ਪੀਪਲ, ਕਈ ਨਹੀਂ ਪੜ੍ਹੇ ਲਿਖੇ ਹੈਗੇ, ਉਹਨਾਂ ਵਾਸਤੇ ਹੋਰ ਬੜੇ ਵੇ ਆਊਟ ਆ, ਕੋਈ ਨਾ ਕੋਈ ਤਰੀਕਾ ਲੱਭ ਹੀ ਜਾਂਦਾ ਹੈ। ਤੁਹਾਡਾ ਨਾਮ ਜ਼ਰੂਰ ਸ਼ੇਅਰ ਕਰਨਾ ਭਾਜੀ। ਅਕਸ਼ਦੀਪ ਸਿੰਘ। ਅਕਸ਼ਦੀਪ ਜੀ, ਇੱਕ ਛੋਟਾ ਜਿਹਾ ਕੁਐਸਚਨ ਹੈਗਾ ਵੀ, ਦੇਖੋ ਅਸੀਂ ਸਾਡੇ ਜਦੋਂ ਅਸੀਂ ਸਾਡੇ ਮਿੱਤਰ ਯਾਰੀ ਹੁੰਦੇ ਨੇ, ਕੋਈ ਨਾ ਕੋਈ ਸਾਡਾ ਰਿਸ਼ਤੇਦਾਰ ਹੀ ਹੁੰਦਾ ਜਿਹਦੀ ਚਾਹਵਣਾ ਹੁੰਦੀ ਹੈ, ਤੇ ਸਾਡਾ ਜਿਹੜੇ ਅਸੀਂ ਜਿਹੜੇ ਲੋਕ ਮੁਲਕਾਂ ਚ ਆ ਚੁੱਕੇ ਹਾਂ ਬਾਹਰਲੇ ਮੁਲਕਾਂ ਚ, ਸਾਡਾ ਕੀ ਫਰਜ਼ ਹੈ, ਅਸੀਂ ਕਿਉਂ ਨਾ ਡਿਸਕ੍ਰਾਈਬ ਕਰੀਏ ਉਹਨਾਂ ਨੂੰ ਵੀ ਭਾਈ ਬਹੁਤ ਸਹੀ ਤਰੀਕੇ ਨੇ, ਰਾਦਰ ਦੈਨ ਪੈਸਾ। ਜਿਹੜੀ ਵੱਡੀ ਗੱਲ ਤੁਸੀਂ ਨੇ ਕਹੀ ਹੈ ਜਾਨ, ਪੈਸਾ ਤਾਂ ਮੁੜ ਕੇ, ਪੈਸਾ ਤਾਂ ਬੰਦਾ ਦੁਬਾਰਾ ਵੀ ਕਮਾ ਸਕਦਾ, ਲੇਕਿਨ ਜਾਨ ਨੀ ਦੁਬਾਰਾ ਕਮਾਈ ਜਾ ਸਕਦੀ ਜੇ ਚਲੀ। ਬਿਲਕੁਲ, ਮੈਂ ਤੇ ਮੇਰੇ ਕਈ ਕਜ਼ਨ ਆ, ਉਹ ਵੀ ਆਉਣਾ ਚਾਹੁੰਦੇ, ਬਟ ਉਹ ਮੇਰੇ ਨਾਲੋਂ ਵੱਡੇ ਆ ਤੇ ਫੈਮਿਲੀਜ਼ ਵਾਲੇ ਆ, ਜਿਵੇਂ ਉਹਨਾਂ ਦੇ ਬੱਚੇ ਵਗੈਰਾ ਵੀ ਹੈਗੇ ਆ, ਤੇ ਉਹਨਾਂ ਨੂੰ ਤੇ ਮੈਂ ਇਹੋ ਕਹਿੰਦਾ ਹੁੰਦਾ ਕਿ ਤੁਸੀਂ ਕੋਈ ਵੇ ਆਊਟ ਲੱਭੋਗੀ, ਕੋਈ ਬਿਜ਼ਨਸ ਦਾ ਵੇ ਹੋਵੇ ਜਾਂ ਸਹੀ ਤਰੀਕਾ ਹੋਵੇ, ਵਰਕ ਪਰਮਿਟ ਮਿਲ ਜੇ ਤੁਹਾਨੂੰ ਕੋਈ, ਮਤਲਬ ਇਦਾਂ ਤੁਹਾਨੂੰ ਤੁਸੀਂ ਸੈੱਟ ਹੋ ਉੱਥੇ ਸਾਰਾ ਕੁਝ, ਰਾਈਟ? ਤੁਸੀਂ ਆਪਣੇ ਬੱਚਿਆਂ ਕਰਕੇ ਹੁਣ ਆਉਣਾ ਚਾਹੁੰਦੇ ਹੋ, ਤੁਹਾਡੀ ਤਾਂ ਚਲੋ ਅੱਧੀ ਲਾਈਫ ਲੰਘ ਗਈ, ਸਾਰਾ ਕੁਝ ਇੱਥੇ ਆ ਕੇ ਤੁਹਾਡੇ ਵਾਸਤੇ ਵੀ ਹਾਰਡ ਵਰਕ ਹੋਊਗਾ, ਬਟ ਤੁਸੀਂ ਚਾਹੁੰਦੇ ਵੀ ਤੁਹਾਡੇ ਬੱਚੇ ਵਧੀਆ ਹੋ ਜਾਣ, ਹਨਾ, ਉਹਦੇ ਵਾਸਤੇ ਬਹੁਤ ਸਾਰੇ ਵੇ ਆਊਟ ਆ, ਇੱਦਾਂ ਫੈਮਿਲੀ ਨੂੰ ਪਿੱਛੇ ਛੱਡ ਕੇ ਸਾਰਾ ਤੁਹਾਡੀ ਉਮਰ ਦੀ ਪੂੰਜੀ ਇੱਕ ਸਾਈਡ ਤੇ ਲਾ ਕੇ ਤੇ ਇੰਨਾ ਰਿਸਕ ਲੈਣਾ। ਨਹੀਂ ਨਹੀਂ, ਬਹੁਤ ਬਹੁਤ ਵਧੀਆ ਵੀ, ਬਹੁਤ ਵਧੀਆ ਵੀ, ਥੈਂਕ ਯੂ ਸੋ ਮਚ ਅਕਦੀਪ ਸਾਹਿਬ, ਥੈਂਕ ਯੂ। ਵੈਲਕਮ। ਬਿਲਕੁਲ ਦੋਸਤੋ, ਗੱਲਾਂ ਬਾਤਾਂ ਸਿਰਫ ਇੱਥੇ ਇਸ ਟਾਈਮ ਚੱਲ ਰਹੀਆਂ ਨੇ, ਪੈਸਾ ਦੁਬਾਰਾ ਕਮਾਇਆ ਜਾ ਸਕਦਾ ਲੇਕਿਨ ਜਾਨ ਨਹੀਂ, ਇਹ ਵੀਡੀਓ ਗੇਮ ਨਹੀਂ ਹੈਗੀ ਜਿੱਥੇ ਦੁਬਾਰਾ ਚਾਂਸ ਮਿਲ ਜੂਗਾ। ਚੱਲਦੇ ਅਗਲੀ ਕਾਲ ਦੇ ਬਾਅਦ। 2241 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਹੁਤ ਵਧੀਆ ਭਾਜੀ, ਤੁਸੀਂ ਸੁਣਾਓ। ਇਹਦਾ ਐਕਚੁਅਲੀ ਜੇ ਤੁਸੀਂ 2 ਮਿੰਟ ਮੇਰੀ ਕਾਲ ਰੱਖੋਗੇ ਲੰਬੀ। ਬਿਲਕੁਲ ਜੀ ਬਿਲਕੁਲ, ਐਕਸਪਲੇਨ ਕਰ ਸਕਦਾ। ਪਲੀਜ਼ ਪਲੀਜ਼ ਪਲੀਜ਼। ਇਹਦਾ ਮੈਂ ਪ੍ਰੈਕਟੀਕਲ ਗੱਲ ਕਰਦਾ ਪਿਆ ਜੋ ਮੇਰੇ ਨਾਲ ਹੋਇਆ, ਜੋ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਣ ਲੱਗਾ। ਆਪਾਂ ਕਿਸੇ ਦਾ ਨਾਮ ਨਹੀਂ ਲੈਣਾ, ਆਪਾਂ ਆਪਣੀ ਗੱਲਾਂ ਕਰਾਂਗੇ ਸਿਰਫ। ਹਾਂ ਨਹੀਂ ਨਹੀਂ, ਮੈਂ ਸਿਰਫ ਆਪਣੀ ਗੱਲ ਕਰ ਰਿਹਾ। ਪਲੀਜ਼ ਹੋਰ ਦਾ ਨਹੀਂ ਕਰ ਰਿਹਾ। ਪਲੀਜ਼ ਓਕੇ, ਮੈਂ ਨਾ ਜੀ 2016 ਦੇ ਵਿੱਚ ਆਇਆ ਇੱਥੇ ਕੈਨੇਡਾ, ਠੀਕ ਹੈ ਜੀ, ਤੇ ਆਈ ਗਾਟ PR ਇੰਡੀਆ। ਓਕੇ, PR ਲੈ ਕੇ ਆਇਆ, ਤੇ ਜੇ ਮੈਂ ਕਿਸੇ ਨੂੰ ਦੱਸ ਦਿੰਦਾ ਸੀ, ਕੋਈ ਪੁੱਛਦਾ ਸੀ, ਪਹਿਲਾਂ ਤਾਂ ਕਈ ਲੋਕਾਂ ਨੂੰ ਨਹੀਂ ਸੀ ਪਤਾ ਵੀ PR ਵੀ ਬੰਦਾ ਆਉਂਦਾ ਸੀ ਇੱਥੇ। ਸਹੀ ਗੱਲ ਹੈ। ਉਹਨੂੰ ਇੱਥੋਂ ਦੀ
ਤੁਸੀਂ ਛੋਟਾ ਜਿਹਾ ਠੀਕ ਹੈ ਐਗਰੀ ਤੁਹਾਡੇ ਸਾਰੇ ਪੁਆਇੰਟਸ ਨਾਲ, ਤੁਸੀਂ ਇੱਕ ਛੋਟਾ ਜਿਹਾ ਕੁਐਸਚਨ ਹੈ ਭਾਜੀ, ਇੱਕ ਤਾਂ ਨਾਮ ਜ਼ਰੂਰ ਸ਼ੇਅਰ ਕਰਨਾ ਆਪਣਾ। ਤੁਸੀਂ ਕਰੋ ਸਹੀ ਤਰੀਕੇ ਨਾਲ ਆਓ। ਇਸ ਦੇ ਉੱਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਉਹਦਾ ਕਾਰਨ ਕੀ ਹੈ ਦੋਸਤੋ, ਅਸੀਂ ਕਈ ਚੀਜ਼ਾਂ ਕਰਕੇ, ਅਸੀਂ ਜਿਵੇਂ ਭਾਜੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਉਹਨਾਂ ਦੀ, ਉਹ ਕਹਿੰਦੇ ਦੂਰ ਦੇ ਢੋਲ ਸੁਹਾਵ ਨੇ। ਦੇਖੋ ਦੋਸਤੋ, ਜੇ ਅਸੀਂ ਮੁਲਕਾਂ ਦੀ ਗੱਲ ਕਰੀਏ, ਜਿਹੜੇ ਮੁਲਕ ਡਿਵੈਲਪ ਹੋ ਚੁੱਕੇ ਨੇ, ਬਿਲਕੁਲ ਉਹ ਤਾਂ ਸੁਹਾਵੜੇ ਹੈਗੇ ਹੀ ਨੇ, ਉਹਨਾਂ ਦੀ ਤਾਂ ਕੋਈ ਗੱਲ ਦੋ ਰਾਏ ਹੈ ਹੀ ਨਹੀਂ ਹੈਗੀ। ਪਰ ਮੇਜਰ ਗੱਲ ਜਿਹੜੀ ਸੋਚਣ ਸਮਝਣ ਵਾਲੀ ਹੈਗੀ ਹੈ, ਉਹ ਇਹ ਹੈਗੀ ਹੈ, ਆਓ ਜੀ ਸਦਕੇ ਆਓ, ਜਾਓ ਜੀ ਸਦਕੇ ਜਾਓ ਜਿਹੜੇ ਮੁਲਕ ਦੇ ਵਿੱਚ ਜਾਣਾ, ਪਰ ਕੀ ਅਸੀਂ ਸਹੀ ਤਰੀਕਾ ਨਾ ਚੂਜ਼ ਕਰੀਏ? ਅਸੀਂ ਜੇ ਸੱਚੀਓ ਸੋਚਦੇ ਹਾਂ ਵੀ ਆਪਦੇ ਬੱਚਿਆਂ ਨੂੰ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਭੇਜਣਾ, ਕੀ ਅਸੀਂ ਆਪਦੇ ਬੱਚਿਆਂ ਨੂੰ ਕਿਉਂ ਨਹੀਂ ਪਹਿਲਾਂ ਤੋਂ ਉਸ ਤਰੀਕੇ ਨਾਲ ਪੜ੍ਹਾਉਂਦੇ? ਕਿਉਂ ਅਸੀਂ ਇੱਕ ਇੱਥੇ ਇੱਕ ਬੜੀ ਵਜ੍ਹਾ ਹੈ, ਮੈਂ ਇਹ ਪੁਆਇੰਟ ਕਿਉਂ ਚੱਕਿਆ ਹੈ, ਇੱਥੇ ਦੂਜਾ ਵਜ੍ਹਾ ਇਹ ਬਣਦੀ ਹੈ, ਇੱਕ ਤਾਂ ਅਸੀਂ ਚਲੋ ਪੈਸੇ ਦਿੰਦੇ ਹਾਂ, ਬਾਹਲੇ ਪੈਸੇ ਦੇ ਦਿੰਦੇ ਹਾਂ, ਮੈਨੂੰ ਨਹੀਂ ਪਤਾ ਉਹ ਕੀ ਕਾਰਨ ਨੇ, ਕੀ ਤਰੀਕੇ ਨੇ, ਕੀ ਰੀਜ਼ਨ ਨੇ ਜਦੋਂ ਅਸੀਂ ਐਵੇਂ ਕਰਦੇ ਹਾਂ। ਦੂਜਾ ਤਰੀਕਾ, ਸਾਡਾ ਬੱਚਾ ਇੰਗਲਿਸ਼ ਦੇ ਵਿੱਚ ਪੜ੍ਹ ਹੀ ਨਹੀਂ ਪਾਉਂਦਾ। ਜੇ ਸੱਚੀਓ ਸਾਡੀ ਸੋਚ ਹੈਗੀ ਹੈ ਵੀ ਅਸੀਂ ਆਪਦੇ ਬੱਚਿਆਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਹੀ ਭੇਜਣਾ, ਕਿਉਂ ਨਹੀਂ ਅਸੀਂ ਆਪਦੇ ਬੱਚਿਆਂ ਨੂੰ ਉਹਨਾਂ ਪੜ੍ਹਾਉਂਦੇ? ਕੁਐਸਚਨ ਹੈ। ਇੱਕ ਛੋਟੀ ਜਿਹੀ ਕਾਲ ਹੋਰ ਲੈਂਦੇ ਹਾਂ। ਹਰਮੀਤ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ, ਛੋਟੀ ਜਿਹੀ ਰੱਖਾਂਗੇ ਕਾਲ। ਹਰਮੀਤ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਕੀ ਮੈਂ ਹਾਂਜੀ ਸਰ, ਮੈਂ ਇਹੀ ਕਹਿਣਾ ਚਾਹੁੰਦਾ ਕਿ ਆਓ ਹੈ ਨਾ, ਲਾਈਕ ਹਰ ਕੋਈ ਕਹਿੰਦਾ ਭਾਈ ਸ਼ੋਰ ਆਓ, ਬਟ ਸੇਫ ਤਰੀਕੇ ਨਾਲ ਜੋ ਉੱਥੇ ਚੀਜ਼ ਠੀਕ ਹੈ ਨਾ ਸਰ, ਇੱਥੋਂ ਮਤਲਬ ਆਪਾਂ ਇੱਥੇ ਇਸ ਵੀਕਐਂਡ ਵਿੱਚ ਇੰਨਾ ਨਹੀਂ ਵਿਖਿਆ ਹੋਊਗਾ ਪਿੰਨਾ ਸਰ, ਯੂਰੋਪ ਲਾਈਕ ਯੂਕੇ ਮੈਂ ਲਾਸਟ ਈਅਰ ਗਿਆ ਹੈਗਾ ਸਰ, ਜੋ ਸੇਫ ਜੋ ਸਹੀ ਤਰੀਕੇ ਨਾਲ ਨਹੀਂ ਰਹੀਆਂ ਨਾ, ਇੰਨਾ ਬੁਰਾ ਹਾਲ ਹੈ ਨਾ ਉਹਨਾਂ ਦਾ, ਮੈਂ ਬੰਦਾ ਤਾਂ ਰੱਬ ਸ਼ੁਕਰ ਕਰਦਾ ਕਿ ਅਸੀਂ ਇੱਥੇ ਠੀਕ ਬੈਠੇ ਹਾਂ ਪੂਰੇ ਇੱਕ ਘੰਟੇ ਗੱਲਾਂ ਬਾਤਾਂ ਕਰਾਂਗੇ। ਤੇ ਇਹ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ ਦੋਸਤੋ, ਸੈਂਸਿਟਿਵ ਟੌਪਿਕ ਹੈ, ਬੜੇ ਧਿਆਨ ਨਾਲ ਬੋਲਣਾ ਹੈਗਾ। ਪਰ ਦੋਸਤੋ, ਇਹ ਚੀਜ਼ਾਂ ਅਸੀਂ ਗੱਲਾਂ ਬਾਤਾਂ ਇੱਥੇ ਕਰ ਰਹੇ ਹਾਂ, ਕੀ ਅਸੀਂ ਆਪਣਿਆਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਨੂੰ ਇਹ ਗੱਲਾਂ ਸ਼ੇਅਰ ਕਰਦੇ ਹਾਂ? ਦੇਖੋ ਦੋਸਤੋ, ਪ੍ਰੋਬਲਮ ਆ ਕੰਮ, ਜੇ ਤੁਸੀਂ ਇਹ ਗੱਲ ਕਰੋਗੇ ਵੀ ਬਾਹਰ ਦੇ ਮੁਲਕਾਂ ਦੇ ਵਿੱਚ ਅਸੀਂ ਆਉਣੇ ਆ, ਉੱਥੇ ਪ੍ਰੋਬਲਮਾਂ ਬਹੁਤ ਨੇ, ਪ੍ਰੋਬਲਮਾਂ ਤਾਂ ਕਿੱਥੇ ਨਹੀਂ ਹੈਗੀਆਂ, ਪਰ ਆਉਣਾ ਜੀ ਸੱਦ ਕੇ, ਪਰ ਆਉਣਾ ਕਿਵੇਂ ਹੈ ਉਹਦੀ ਗੱਲਬਾਤ ਕਰ ਰਹੇ ਹਾਂ। ਇੱਕ ਛੋਟੀ ਜਿਹੀ ਕਾਲ ਹੋਰ ਲੈਂਦੇ ਹਾਂ। ਹਾਂਜੀ ਜਸਲੀਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਿਲਕੁਲ
क्या बात है तो तुसी करो सही तरीके नाल आओ जी आओ बिल्कुल जी बिल्कुल क्या बात है थैंक यू सो मच भाजी एक छोटी जी कॉल होर उसके बाद हरप्रीत कौर जी कैनेडियन एलआईसी तो साडे नाल जुड़ रहे हैगे ने उन्हां दे नाल गलबात करदे हां एक छोटी जी कॉल होर लेने उसके बाद हरप्रीत पुरी जी 3205 ससी काल जी ससी काल जी बढ़िया भाजी बढ़िया तुसी सुनाओ भाई जी तुहाडे रेगुलर कॉलर बन गए हुण असी बड़ा वधिया लग रहा कॉल करके थैंक यू भाजी भाई जी गल इतना भी सेफ वे नाल बिल्कुल जरूर आना चाहिए पर भाई जी जेडे सेफ वे भी है ना वो सेफ नहीं रहे सिर्फ ऑन दी गल नहीं रही हुण गल पीआर होण तो लेके अगे तक दी गल्लां पहुंच गईयां सेफ वे नाल तुसी आ जाओ जी सद के आओ सेफ वे नाल पर हुण जदों तुहाडे वस्तों बाहर ही गल कीती है सरकार दीआं नीतियां ही जदों खराब है भाई जी ਜਦੋਂ ਉਸੇ ਕਲਾਸ ਦੇ ਵਿੱਚ ਪੀ ਐਚ ਡੀ ਵਾਲਾ ਜਵਾਕ ਬੈਠਾ ਉਸ ਵਾਲਾ ਜਵਾਕ ਬੈਠਾ ਕਿਵੇਂ ਬਾਈ ਜੀ ਚੀਜ਼ ਨੂੰ ਤੁਸੀਂ ਸਹੀ ਕਰ ਲਓਗੇ ਕਿਵੇਂ ਤੁਸੀਂ ਅੱਗੇ ਫਿਊਚਰ ਤੁਸੀਂ ਐਕਸਪੈਕਟ ਕਰ ਸਕਦੇ ਠੀਕ ਹੈ ਮੈਂ ਇੱਥੇ ਅੰਬਰ ਕਾਲਜ ਦੇ ਵਿੱਚ ਸਟੱਡੀ ਕੀਤੀ ਸੀ ਮੇਰੀ ਵੈਬ ਡਿਵੈਲਪਮੈਂਟ ਦੀ ਸਟੱਡੀ ਸੀ ਮੈਂ ਆਪਾਂ ਪੰਜਾਬ ਪੰਜਾਬੀ ਲੋਕ ਸਾਡੀ ਸੋਚ ਹੀ ਏਦਾਂ ਹੁੰਦੀ ਹੈ ਵੀ ਅਸੀਂ ਉੱਥੇ ਜਾ ਕੇ ਸਿਰਫ ਕੰਮ ਕਰਨਾ ਠੀਕ ਹੈ ਜੀ ਮੇਰੇ ਨਾਲ ਹੋਰ ਦੇਸ਼ਾਂ ਦੇ ਲੋਕ ਵੀ ਮੇਰੇ ਨਾਲ 50-55 ਸਾਲ ਦੀ ਉਮਰ ਦੇ ਬੰਦੇ ਵੀ ਸੀ ਜਿਹਨਾਂ ਨੇ ਮੇਰੇ ਨਾਲ ਸਟੱਡੀ ਕੀਤੀ ਹੈ ਤੇ ਉਹ ਅੱਜ ਦੇ ਟਾਈਮ ਦੇ ਵਿੱਚ $150-175 ਪ੍ਰਤੀ ਘੰਟਾ ਤੇ ਨੌਕਰੀ ਕਰ ਰਹੇ ਆ ਉਹ ਵੀ ਐਜ਼ ਏ ਸਟੂਡੈਂਟ ਬੇਸ ਤੇ ਆਏ ਸੀਗੇ ਉਹ ਵੀ ਐਜ਼ ਏ ਸਟੂਡੈਂਟ ਇੱਥੇ ਆ ਕੇ ਉਸੇ ਨੀਤੀਆਂ ਅੰਦਰ ਆਏ ਸੀ ਜਿਹੜੀਆਂ ਨੀਤੀਆਂ ਅੰਦਰ ਅਸੀਂ ਸਟੂਡੈਂਟ ਐਜ਼ ਏ ਸਟੂਡੈਂਟ ਅਸੀਂ ਪੰਜਾਬੀ ਲੋਕ ਆਉਣੇ ਆ ਬਾਈ ਜੀ ਅਸੀਂ ਸੋਚ ਇਹੋ ਜਿਹੀ ਬਣਾ ਕੇ ਆਉਣੇ ਆ ਵੀ ਅਸੀਂ ਸਿਰਫ ਉੱਥੇ ਜਾ ਕੇ ਟਰੱਕ ਚਲਾਉਣਾ ਜੀ ਅਸੀਂ ਉੱਥੇ ਜਾ ਕੇ ਆ ਚੀਜ਼ ਕਰਨੀ ਹੈ ਬਾਈ ਜੀ ਸਦਕੇ ਚਲਾਓ ਟਰੱਕ ਚਲਾਓ ਕੁਛ ਮਰਜ਼ੀ ਕਰੋ ਪਰ ਬਾਈ ਜੀ ਆਪ ਦੀ ਜਿਹੜੀ ਚੀਜ਼ ਹੈ ਨਾ ਆਪ ਦਾ ਅੰਦਰਲਾ ਮਤਲਬ ਤੁਸੀਂ ਜਿਹੜੀ ਤੁਹਾਡੇ ਚ ਕੈਪੇਬਿਲਟੀ ਹੈ ਇੱਥੇ ਬਹੁਤ ਕੰਮ ਹੈ ਬਾਈ ਜੀ ਮੈਂ ਕਹਿੰਦਾ ਇੱਥੇ ਜਿੰਨਾ ਬੰਦਾ ਪੈਸਾ ਕਮਾ ਸਕਦਾ ਇੱਥੇ ਜਿੰਨੀ ਆਪਣੀ ਜ਼ਿੰਦਗੀ ਸੌਖੀ ਕਰ ਸਕਦਾ ਜਿੰਨੀਆਂ ਓਪਰਚੁਨਿਟੀਆਂ ਇਹ ਦੇਸ਼ ਦਿੰਦਾ ਨਾ ਮੈਂ ਕਹਿੰਦਾ ਕਿਤੇ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਹੋ ਜਿਹਾ ਦੇਸ਼ ਨਹੀਂ ਮਿਲਣਾ ਜਿੱਥੇ ਓਪਰਚੁਨਿਟੀਆਂ ਨਹੀਂ ਹੈਗੀਆਂ ਪਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਥੋੜੀ ਸੋਚ ਕੀ ਲੈ ਕੇ ਆਏ ਹੋ ਇੰਨਾ ਖਰਚਾ ਕਰਕੇ ਆ ਜਾਂਦੇ ਤੇ ਕਰਨੀ ਤਾਂ $15 ਤੇ ਜੇ ਆਪਾਂ ਉਹੀ ਲੇਬਰ ਵਾਲਾ ਕੰਮ ਹੀ ਕਰਨਾ ਤਾਂ ਤੁਹਾਡੇ ਤਾਂ 25 ਲੱਖ ਕਿੱਥੋਂ ਪੂਰਾ ਹੋ ਜਾਊ ਠੀਕ ਹੈ ਐਗਰੀ ਤੁਸੀਂ ਨਾਮ ਜ਼ਰੂਰ ਸ਼ੇਅਰ ਕਰਨਾ ਆਪਣਾ ਸੌਰੀ ਟੂ ਇੰਟਰਪਟ ਬਿਲਕੁਲ ਬੜਾ ਵਧੀਆ ਪੁਆਇੰਟ ਚੱਕਿਆ ਤੁਸੀਂ ਸੌਰੀ ਭਾਜੀ ਮੈਂ ਤੁਹਾਨੂੰ ਨਾ ਥੋੜਾ ਸ਼ਾਰਟ ਕਰੂੰਗਾ ਕਿਉਂਕਿ ਕਾਫੀ ਕਾਲਸ ਆ ਰਹੀ ਨੇ ਸਾਰਿਆਂ ਦੇ ਵਿਊਜ਼ ਲੈਣੇ ਨੇ ਸੌਰੀ ਭਾਜੀ ਸੌਰੀ ਥੈਂਕ ਯੂ ਸੋ ਮਚ ਬਟ ਪਰ ਇਹ ਤੁਹਾਨੂੰ ਥੈਂਕ ਯੂ ਕਹੂੰਗਾ ਵੀ ਤੁਸੀਂ ਪੁਆਇੰਟ ਬਹੁਤ ਵੱਡਾ ਟੌਪਿਕ ਆ ਭਾਈ ਜੀ ਇਹਦੇ ਤੇ ਮੈਂ ਕਹਿੰਦਾ ਸਾਨੂੰ ਮੈਂ ਛੋਟੀ ਜਿਹੀ ਇੱਕ ਗੱਲ ਕਰਨੀ ਚਾਹਣਾ ਐਂਡ ਤੇ ਇਮੀਗ੍ਰੇਸ਼ਨ ਤੇ ਨਿਧਾਰਤ ਸਾਡਾ ਇਹ ਦੇਸ਼ ਹੈ ਠੀਕ ਹੈ ਇਮੀਗ੍ਰੇਸ਼ਨ ਦੀ ਬਹੁਤ ਵੱਡੀ ਇਕਨੋਮੀ ਸਾਡੀ ਸੈਟ ਅਪ ਕੀਤੀ ਜੇ ਇਮੀਗ੍ਰੇਸ਼ਨ ਨੇ ਪਰ ਵੋਟਾਂ ਦੇ ਵਿੱਚ ਇਮੀਗ੍ਰੈਂਟ ਨੂੰ 1% ਨਹੀਂ ਪੁੱਛਿਆ ਗਿਆ ਜਦੋਂ ਆ ਪਿੱਛੇ ਵੋਟਾਂ ਹੋਈਆਂ ਉਹਦੇ ਵਿੱਚ ਕਿਸੇ ਨੇ ਪੁੱਛਿਆ ਵੀ ਸਟੂਡੈਂਟ ਦੀ ਪ੍ਰੋਬਲਮ ਕੀ ਹੈ ਕਿਉਂਕਿ ਸਰਕਾਰ ਉੱਥੇ ਸਰਕਾਰ ਦੀਆਂ ਨੀਤੀਆਂ ਮੈਂ ਇਹਦਾ ਆਨਸਰ ਦਿੰਦਾ ਤੁਹਾਨੂੰ ਕਾਲ ਤੋਂ ਬਾਅਦ ਇਹਦਾ ਆਨਸਰ ਦਿੰਦਾ ਥੈਂਕ ਯੂ ਭਾਈ ਥੈਂਕ ਯੂ ਬਿਲਕੁਲ ਦੋਸਤੋ ਦੇਖੋ ਜੋ ਸਰਕਾਰਾਂ ਦੀਆਂ ਗੱਲਾਂ ਬਾਤਾਂ ਨੇ ਜੇ ਮੈਂ ਇਹਦੀ ਪੁਆਇੰਟ ਆਫ ਵਿਊ ਤੋਂ ਗੱਲ ਦੱਸਾਂ ਹਰ ਇੱਕ ਵਰਗ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਸਪੈਸ਼ਲੀ ਮੈਂ ਜੇ ਡਿਵੈਲਪ ਕੰਟਰੀਆਂ ਦੀ ਗੱਲ ਕਰਾਂ ਬੜੇ ਧਿਆਨ ਨਾਲ ਹਾਂ ਬਟ ਇਹ ਹੁੰਦਾ ਅਸੀਂ ਚੈੱਕ ਕਰਨਾ ਅਸੀਂ ਪੜ੍ਹਨਾ ਜਾ ਕੇ ਵੀ ਕਿਹੜੇ ਵਰਗ ਨੂੰ ਕਿਸ ਤਰੀਕੇ ਨਾਲ ਚੈੱਕ ਕੀਤਾ ਜਾਂਦਾ ਜ਼ਰੂਰੀ ਨਹੀਂ ਵੀ ਉਹ ਚੀਜ਼ ਮਾਈਕ ਤੇ ਹੀ ਬੋਲੀ ਜਾਵੇ ਜ਼ਿਆਦਾਤਰ ਸਾਡੀ ਆਦਤ ਹੈ ਵੀ ਅਸੀਂ ਉਹੀ ਸੁਣਦੇ ਹਾਂ ਜੋ ਬੋਲਿਆ ਜਾਵੇ ਦੋਸਤੋ ਪੜ੍ਹੋ ਜਿਵੇਂ ਭਾਜੀ ਕਹਿ ਕੇ ਗਏ ਨੇ ਵੀ ਸਾਨੂੰ ਇਹ ਸੋਚ ਦੇ ਨਾਲ ਆਉਣਾ ਪਊਗਾ ਮੈਂ ਕਾਫੀ ਚੀਜ਼ਾਂ ਦਾ ਤੁਹਾਨੂੰ ਹੁੰਦਾ ਵੀ ਕਾਫੀ ਚੀਜ਼ਾਂ ਦਾ ਅਸੀਂ ਬੋਲ ਹੀ ਨਹੀਂ ਪਾਉਂਦੇ ਉਹਦਾ ਕਾਰਨ ਹੁੰਦਾ ਦੋਸਤੋ ਸਾਡੀ ਸੋਚ ਕੀ ਹੈ ਜਦੋਂ ਅਸੀਂ ਮੁਲਕਾਂ ਦੇ ਵਿੱਚ ਆਉਣੇ ਹਾਂ ਕੀ ਅਸੀਂ ਕੀ ਕਰਨਾ ਅਸੀਂ ਕੀ ਬਣਨਾ ਚਾਹੁੰਦੇ ਹਾਂ ਅਸੀਂ ਜ਼ਿੰਦਗੀ ਦੇ ਵਿੱਚ ਸਿਰਫ ਜਿਵੇਂ ਇੱਕ ਭਾਜੀ ਕਹਿ ਕੇ ਕਹਿੰਦੇ ਵੀ ਸਕਿੱਲ ਵਰਕਰ ਦੀ ਵੈਲਿਊ ਹੈ ਮੈਂ ਥੋੜਾ ਜਿਹਾ ਕੱਟ ਕਰੂੰਗਾ ਬੁਰਾ ਨਾ ਮੰਨਣ ਭਾਜੀ ਸਾਹਿਬ ਦੋਸਤੋ ਇਹੀ ਜਿਹੀ ਕੋਈ ਗੱਲਬਾਤ ਨਹੀਂ ਜਿਹੜਾ ਸਿਰ ਦੇ ਉੱਤੇ ਲੱਗਿਆ ਹੋਇਆ ਨਾ ਦਿਮਾਗ ਜਿਹਦਾ ਉਹ ਤੇਜ ਹੈ ਮੈਂ ਕਹਿੰਦਾ ਉਹ ਸਾਰੀ ਦੁਨੀਆਂ ਜਿੱਤਦਾ
ਅਸੀਂ ਹਮੇਸ਼ਾ ਉਹੇ ਜਿਹੇ ਥੋਟ ਨਾਲ ਕਿਉਂ ਹੋਣੇ ਆ ਵੀ ਅਸੀਂ ਕੰਮ ਕਰਨਾ, ਅਸੀਂ ਉਹੇ ਜਿਹੇ ਥੋਟ ਨਾਲ ਕਿਉਂ ਨਹੀਂ ਆਉਂਦੇ ਵੀ ਅਸੀਂ ਕੰਮ ਕਰਾਉਣਾ ਵੀ ਹੈ ਯਾਰ ਇੱਕ ਦਿਨ ਜਾ ਕੇ। ਕੌਲਾਂ ਲੈਂਦੇ ਹਾਂ ਭਾਰਤ ਸਾਡੇ ਨਾਲ, ਹੁਣ ਇਸ ਟਾਈਮ ਕਾਫੀ ਦੇਰ ਤੋਂ ਹੋਲਡ ਕਰਾਈ ਹੈ, ਪਹਿਲਾਂ ਤਾਂ ਮਾਫੀ ਮੰਗ ਲਈਏ। ਹਰਪ੍ਰੀਤ ਪੁਰੀ ਜੀ ਸਾਡੇ ਨਾਲ ਕਾਲ ਤੇ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਦੋਸਤੋ ਇਹ ਵੀ ਇੱਕ ਐਸਾ ਏਰੀਆ ਹੈ ਜਿਹਨੂੰ ਅਸੀਂ ਸਿਰਫ ਸੁਣਦੇ ਹਾਂ ਤੇ ਇਗਨੋਰ ਕਰ ਦਿੰਦੇ ਹਾਂ, ਪਰ ਇਹ ਇੱਕ ਐਸਾ ਏਰੀਆ ਇੰਸ਼ੋਰੈਂਸ ਲਾਈਨ ਜਿਹੜੀ ਸਾਡੇ ਨਾਲ ਜਦ ਤੱਕ ਅਸੀਂ ਜਿਉਂਦੇ ਹਾਂ ਉਦੋਂ ਤੱਕ ਤਾਂ ਸਾਡੀ ਕੇਅਰ ਕਰਦੀ ਹੈ, ਉਹ ਤੋਂ ਬਾਅਦ ਵੀ ਇੱਕ ਐਸਾ ਦੋਸਤ ਹੈ। ਸੋਰੀ ਮੰਗ ਲਈਏ ਪਹਿਲਾਂ ਹਰਪ੍ਰੀਤ ਜੀ ਤੋਂ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ ਜੀ। ਥੈਂਕ ਯੂ ਜੀ, ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਤੇ ਸਤਿਕਾਰਨਾ, ਸਤਿ ਸ਼੍ਰੀ ਅਕਾਲ। ਕੋਈ ਸੌਰੀ ਦੀ ਗੱਲ ਨਹੀਂ ਭਾਜੀ, ਇਟ ਵਾਸ ਅ ਵੈਰੀ ਇੰਪੋਰਟੈਂਟ ਐਂਡ ਇੰਟਰਸਟਿੰਗ ਟਾਪਿਕ, ਡੋਨਟ ਵਰੀ ਅਬਾਊਟ ਇਟ। ਥੈਂਕ ਯੂ ਸੋ ਮਚ। ਹਮੇਸ਼ਾ ਇਹੀ ਬੜਾ ਜਦੋਂ ਗੱਲ ਕਰਦੇ ਹੈਗੇ ਆ ਤੇ ਇਹ ਹੋ ਜਾਂਦਾ, ਕਾਫੀ ਐਕਸਾਈਟਮੈਂਟ ਹੋ ਜਾਂਦੀ ਹੈ ਸਾਡੇ ਕਾਲਰਸ ਦੀ, ਕਿਉਂਕਿ ਟੌਪਿਕ ਹੀ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਤੇ ਤੁਹਾਨੂੰ ਵੀ ਪਤਾ ਵੀ ਇਹ ਟੌਪਿਕ ਜਿਹੜਾ ਹੈਗਾ ਬੜਾ ਸੈਂਸਿਟਿਵ ਹੈ ਤੇ ਅਸੀਂ ਸਾਰੇ ਚਾਹੁੰਦੇ ਆ ਵੀ ਡਿਵੈਲਪ ਕੰਟਰੀਆਂ ਦੇ ਵਿੱਚ ਆ ਕੇ ਅਸੀਂ ਸੈੱਟ ਹੋਈਏ ਜੀ। ਤੇ ਬਿਲਕੁਲ ਦੋਸਤੋ, ਤੇ ਇਹਦੇ ਨਾਲ ਨਾਲ ਅਸੀਂ ਡਿਵੈਲਪ ਕੰਟਰੀਆਂ ਦੇ ਵਿੱਚ ਆਉਣਾ ਤਾਂ ਹੈਗਾ ਹੀ ਹੈਗਾ, ਪਰ ਸਾਡੀ ਜਾਨ ਦੀ, ਸਾਡੀ ਜਾਨ ਮਾਲ ਦੀ ਟੇਕ ਕੇਅਰ ਕੌਣ ਕਰਦਾ ਹੈ? ਉਹ ਕਰਦੀ ਹੈ ਇੰਸ਼ੋਰੈਂਸ। ਤੇ ਇੰਸ਼ੋਰੈਂਸ ਕੌਣ ਹੈ? ਕੈਨੇਡੀਅਨ LIC, ਬਹੁਤ ਵੱਡਾ ਨਾਮ ਮਾਰਕੀਟ ਦੇ ਵਿੱਚ। ਤੇ ਸਾਡੇ ਨਾਲ ਹਰਪ੍ਰੀਤ ਪੁਰੀ ਜੀ, ਕੈਨੇਡੀਅਨ LIC ਦੇ ਹੈੱਡ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਵੀ ਕਿਹੜੇ ਟੌਪਿਕ ਤੇ ਅੱਜ ਗੱਲਬਾਤ ਕਰਾਂਗੇ ਜਿੱਥੋਂ ਸਾਨੂੰ ਨੌਲੇਜ ਮਿਲੇ, ਸਿੱਖਿਆ ਮਿਲੇ ਇੰਸ਼ੋਰੈਂਸ ਕਰਾਉਣ ਦੀ। ਹਾਂਜੀ ਪਲੀਜ਼। ਥੈਂਕ ਯੂ ਹਰਜਿੰਦਰ ਜੀ, ਡੈਫੀਨੇਟਲੀ ਜੀ। ਅੱਜ ਦੋ ਚੀਜ਼ਾਂ ਨੂੰ ਮੈਂ ਟੱਚ ਕਰਨਾ ਚਾਹੁੰਦੀ ਹੈਗੀ ਹੈ। ਪਹਿਲੀ ਤਾਂ ਕਿ ਜਿਵੇਂ ਆਪਾਂ ਹੁਣ ਇਮੀਗ੍ਰੇਸ਼ਨ ਦੀ ਗੱਲ ਕਰਦੇ ਪਏ ਹੈਗੇ ਹਾਂ, ਉਹ ਤਾਂ ਡੈਫੀਨੇਟਲੀ ਵੀ ਅਸੀਂ ਜਿਹੜੇ ਅਸੀਂ ਸਾਰੇ ਇੱਥੇ ਇਮੀਗ੍ਰੈਂਟ ਆਏ ਹਾਂ, ਪਰ ਸਾਡੇ ਬੱਚੇ ਇੱਥੇ ਇਮੀਗ੍ਰੈਂਟ ਵੀ ਉਹ ਮਤਲਬ ਸਾਡੇ ਨਾਲ ਹੀ, ਪਰ ਇੱਥੇ ਦੇ ਬੋਰਨ ਹੈਗੇ ਤਾਂ ਉਹ ਸਿਟੀਜ਼ਨ ਹੈਗੇ ਆ, ਹਨਾ। ਤਾਂ ਉਹਦੇ ਵਾਸਤੇ ਇੱਕ RESP ਕਾਨਸੈਪਟ, ਹੁਣ ਜਿਵੇਂ ਭਾਜੀ ਕਹਿੰਦੇ ਸੀ ਕਿ ਵੀ ਪਲੈਨਿੰਗ ਬਹੁਤ ਜ਼ਰੂਰੀ ਹੈਗੀ ਹੈ, ਹਨਾ। ਸੋ ਪਲੈਨਿੰਗ ਦੇ ਵਿੱਚ ਵਨ ਆਫ ਦਾ ਥਿੰਗ ਇਜ਼ ਕਿ ਵੀ ਪਹਿਲਾਂ ਤਾਂ ਸਾਡੇ ਕੋਲ ਜੇ ਮੇਰੇ ਕੋਲ ਕੋਈ ਵੀ ਫੈਮਿਲੀ ਆਉਂਦੀ ਹੈ, ਉਹ ਕਹਿੰਦੇ ਆ ਹਰਪ੍ਰੀਤ RESP ਖੋਲਣੀ ਹੈ, ਇੰਸ਼ੋਰੈਂਸ ਬਾਅਦ ਚੋਂ ਕਰਾ ਲਾਂਗੇ। ਮੈਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਹਾਂ ਵੀ ਭਾਜੀ ਡੈਫੀਨੇਟਲੀ ਵੀ ਤੁਸੀਂ RESP ਜਦੋਂ ਮਰਜ਼ੀ ਖੋਲ, ਕਿਉਂਕਿ ਉਹ ਤਾਂ ਸੇਵਿੰਗ ਅਕਾਊਂਟ ਹੈਗਾ, ਪਰ ਇੰਸ਼ੋਰੈਂਸ ਉਸ ਤੋਂ ਪਹਿਲਾਂ ਹੈਗੀ ਹੈ। ਕਿਉਂਕਿ ਜੇ ਅਸੀਂ ਹੈਗੇ ਹਾਂ, ਅਸੀਂ ਸਾਰਾ ਕੁਛ ਕਰ ਰਹੇ ਹਾਂ, ਤਾਂ ਬੱਚਿਆਂ ਨੂੰ ਸ਼ਾਇਦ ਅਸੀਂ ਕੰਮ ਕਰਕੇ ਵੀ ਪੜਾ ਲਾਂਗੇ, ਦੈਟ ਇਜ਼ ਇੰਪੋਰਟੈਂਟ। ਪਰ ਹਰੇਕ ਚੀਜ਼ ਦੀ ਆਪਣੀ ਇੰਪੋਰਟੈਂਟ ਹੈਗੀ ਹੈ। ਸੋ ਪਹਿਲੀ ਗੱਲ ਇਹ ਹੈ ਕਿ ਵੀ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਉਹਦੇ ਵਿੱਚ ਉਹ ਆਪਣੇ ਇੱਕ ਪ੍ਰੋਪਰ ਛੋਟਾ ਜਿਹਾ ਪਲਾਨ, ਜੋ ਵੀ ਤੁਹਾਡੀ ਅਫੋਰਡੇਬਿਲਟੀ ਹੈ, ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ ਦਾ ਇੱਕ ਛੋਟਾ ਜਿਹਾ ਪਲਾਨ ਬਣਾ ਕੇ ਪਹਿਲਾਂ ਤੁਸੀਂ ਆਉਂਦੇ ਹੀ, ਜਿਵੇਂ ਹੁਣ ਸਟੂਡੈਂਟਸ ਤੋਂ ਲੈ ਕੇ ਵਰਕ ਪਰਮਿਟ ਤੋਂ ਲੈ ਕੇ ਆਪਣੇ ਕੋਲ ਸਾਰਿਆਂ ਲਈ ਪਲਾਨ ਹੈਗੇ, ਆਉਂਦੇ ਹੀ ਪਹਿਲਾਂ ਇੱਕ ਛੋਟਾ ਜਿਹਾ ਤੁਸੀਂ ਪਲਾਨ ਲਵੋ, ਉਹਦੇ ਵਿੱਚ ਜੋ ਵੀ ਤੁਸੀਂ ਮਹੀਨੇ ਦੇ $20 ਪੇ ਕਰਨੇ ਆ, $50 ਪੇ ਕਰਨੇ ਆ, 100 ਕਰਨੇ ਆ, ਮਨੀ ਬੈਕ ਆਪਸ਼ਨਸ ਲੈਣੀ ਆ, ਜਿੱਦਾਂ ਮਰਜ਼ੀ ਇੱਕ ਪਲਾਨ ਛੋਟਾ ਜਿਹਾ ਸ਼ੁਰੂ ਕਰੋ। ਤੇ ਉਸ ਤੋਂ ਬਾਅਦ ਜਦੋਂ ਹੀ ਤੁਹਾਡੇ ਬੱਚੇ ਹੁੰਦੇ ਹੈਗੇ ਆ ਪਲੈਨਿੰਗ, ਕਿਉਂਕਿ ਆਪਾਂ ਇੱਕ ਨਾ ਬੜੀ ਵਧੀਆ ਸੇਇੰਗ ਹੈ, ਕਹਿੰਦੇ ਪਲਾਨ ਨੈਵਰ ਫੇਲ, ਵੀ ਫੇਲ ਟੂ ਪਲਾਨ, ਦੈਟਸ ਅ ਪ੍ਰੋਬਲਮ। ਕਿਉਂਕਿ ਅਸੀਂ ਸੋਚਦੇ ਰਹਿੰਦੇ ਹਾਂ, ਅਸੀਂ ਕੋਈ ਐਕਸ਼ਨ ਨਹੀਂ ਲੈਂਦੇ ਹੈਗੇ, ਤਾਂ ਕਰਕੇ ਪ੍ਰੋਬਲਮ ਆਉਂਦੀ ਹੈਗੀ ਹੈ। ਸੋ ਹੁਣ ਇਸ ਸਾਲ ਵੀ ਕਿੰਨੀਆਂ ਫੈਮਿਲੀਆਂ ਦੇ ਬੱਚੇ ਸਾਡੇ ਮੇਰੇ ਕੋਲੋਂ ਵੀ, ਜਿਨ੍ਹਾਂ ਨੇ RESP ਕਰਾਈਆਂ ਸੀ, ਬੱਚੇ ਸਕੂਲ ਯੂਨੀਵਰਸਿਟੀ ਗਏ ਹੈ, ਤੇ ਪ੍ਰੋਪਰ ਇੱਥੋਂ ਦਾ ਸਿਸਟਮ ਜਿਹੜਾ ਹੈਗਾ ਬਹੁਤ ਵਧੀਆ ਹੈਗਾ, ਪ੍ਰੋਪਰ ਜਿਹੜੇ ਹੈਗੇ ਆ ਬੱਚਿਆਂ ਨੂੰ ਪੈਸੇ ਮਿਲੇ ਹੈਗੇ ਆ, ਉਹਦੇ ਵਿੱਚ ਉਹਨਾਂ ਨੂੰ ਗ੍ਰਾਂਟਸ ਤੋਂ ਲੈ ਕੇ ਸਾਰਾ ਕੁਛ, ਤੁਹਾਡੀ ਇਨਕਮ ਤੋਂ ਜਿੰਨੀ ਮਰਜ਼ੀ ਤੁਹਾਡੀ ਇਨਕਮ ਹੋਵੇ, $7200 ਹਰ ਬੱਚੇ ਨੂੰ ਗ੍ਰਾਂਟ ਮਿਲਣੀ ਪਈ, ਅਗਰ ਤੁਹਾਡੇ ਦੋ ਬੱਚੇ ਆ ਤਾਂ ਦੋਨਾਂ ਨੂੰ $7200, ਅਗਰ ਚਾਰ ਬੱਚੇ ਆ ਤਾਂ $7200, ਸਾਰਿਆਂ ਨੂੰ ਜਿਹੜਾ ਹੈਗਾ ਉਹ ਮਿਲਣਾ ਹੀ ਮਿਲਣਾ ਹੈਗਾ। ਪਲੱਸ ਜੇ ਤੁਹਾਡੀ ਇੱਕ ਇਨਕਮ ਨਾਲ ਤੁਸੀਂ ਕੁਆਲੀਫਾਈ ਕਰਦੇ ਹੈਗੇ ਇਨਕਮ ਵਾਈਜ਼, ਤਾਂ ਤੁਹਾਨੂੰ ਅਡੀਸ਼ਨਲ $2000 ਤੋਂ $9200 ਤੱਕ ਦੀ ਗ੍ਰਾਂਟ ਜਿਹੜੀ ਹੈਗੀ, ਅਗਰ ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਦਾ RESP ਪਲਾਨ ਖੋਲਦੇ ਹੈਗੇ, ਤਾਂ $9200 ਤੱਕ ਦੀ ਜਿਹੜੀ ਗ੍ਰਾਂਟ ਹੈਗੀ ਹੈ ਇੰਸ਼ੋਰੈਂਸ ਗਵਰਨਮੈਂਟ ਤੁਹਾਨੂੰ ਦੇ ਰਹੀ ਹੈਗੀ ਹੈ। ਤਾਂ ਉਸ ਤੋਂ ਉੱਤੇ ਜੇ ਤੁਹਾਡੇ ਬੱਚੇ 4 ਸਾਲ ਤੋਂ ਛੋਟੀ ਏਜ ਦੇ ਹੈਗੇ ਆ, ਤਾਂ ਉਹਨਾਂ ਨੂੰ ਜਿੰਨਾ ਤੁਸੀਂ ਪ੍ਰਿੰਸੀਪਲ ਪਾਇਆ, 10,000, 20,000, 50,000 ਤੁਸੀਂ ਮੈਕਸੀਮ ਪਾ ਸਕਦੇ ਹੋ, ਉਸ ਤੇ 15% ਤੁਹਾਨੂੰ ਬੋਨਸ ਜਿਹੜਾ ਹੈਗਾ ਇੰਸ਼ੋਰੈਂਸ ਕੰਪਨੀ ਦੇ ਰਹੀ ਹੈਗੀ ਹੈ। ਸੋ ਬਾਏ ਦਾ ਟਾਈਮ ਤੁਹਾਡੇ ਬੱਚੇ ਨੇ ਸਕੂਲ ਯੂਨੀਵਰਸਿਟੀ ਜਾਣਾ, ਜਿੰਨੇ ਕੁ ਤੁਸੀਂ ਪੈਸੇ ਪਾਏ ਹੁੰਦੇ ਆ ਉਹ ਆਲਮੋਸਟ ਸਟੇਬਲ ਹੋ ਜਾਂਦੇ ਹੈਗੇ ਆ। ਤੁਸੀਂ ਇੱਕ ਤਾਂ ਜ਼ਰੂਰ ਆਪਣੇ ਬੱਚਿਆਂ ਦੀ RESP ਪਲਾਨ ਖੋਲੋ, ਤੇ ਬਾਕੀ ਜੇ ਤੁਹਾਡੇ ਪੇਰੈਂਟਸ ਜਾਂ ਇੱਥੇ ਗ੍ਰੈਂਡ ਪੇਰੈਂਟਸ ਇੱਥੇ ਕੋਈ ਵੀ ਆ ਰਹੇ ਨੇ, ਕੋਈ ਵਿਜ਼ਟਰ ਆ ਰਿਹਾ ਹੈਗਾ, ਤਾਂ ਉਹਨਾਂ ਦੀ ਮੈਡੀਕਲ ਹੈਲਥ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ, ਤਾਂ ਕਿ ਜੇ ਉਹਨਾਂ ਨੂੰ ਇੱਥੇ ਆ ਕੇ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ, ਤਾਂ ਐਟਲੀਸਟ ਵੀ ਹੈਵ ਆ ਕਵਰੇਜ, ਜਿਹਦੇ ਵਿੱਚ ਉਹਨਾਂ ਦੇ ਹਸਪਿਟਲ ਦੇ ਬਿੱਲ, ਉਹਨਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਆ, ਸਾਰੀ ਟੇਕ ਕੇਅਰ ਹੋਊਗੀ। ਅੱਜ ਵੀ ਮੇਰੇ ਕੋਲ ਇੱਕ ਬਿੱਲ ਆਇਆ ਜਿਹਦੇ ਵਿੱਚ $18,000 ਦਾ ਬਿੱਲ ਬਣਿਆ ਹੋਇਆ ਹੈਗਾ। ਸੋ ਕਿਉਂਕਿ ਪਰਿਵਾਰ ਨੇ ਇੰਸ਼ੋਰੈਂਸ ਕਰਵਾਈ ਹੋਈ ਸੀਗੀ, ਤਾਂ ਇਸ ਕਰਕੇ ਉਹਨਾਂ ਨੂੰ ਇਹ ਫਿਕਰ ਨਹੀਂ ਹੈਗੀ ਵੀ ਉਹ ਬਿੱਲ ਪੇ ਕਿੱਥੋਂ ਹੋਣਾ ਹੈਗਾ। ਜ਼ਰੂਰ ਇੰਸ਼ੋਰੈਂਸ ਨੂੰ ਆਪਣਾ ਇੱਕ ਬੈਕਅਪ ਪਲਾਨ ਲੈ ਕੇ ਆਪਣੀ ਪ੍ਰੋਪਰਲੀ, ਇਸ ਇੰਨਾ ਵਧੀਆ ਆਪਾਂ ਟੋਪਿਕ ਤੋਰਿਆ ਹੋਇਆ ਜਿਹਦੇ ਵਿੱਚ ਅਸੀਂ ਪਲੈਨਿੰਗ ਦੀ ਗੱਲ ਕਰਦੇ ਹਾਂ, ਸਮਝਦਾਰੀ
ਪਰ ਉਹਦੇ ਵਿੱਚ ਚਾਹੇ ਇੰਸ਼ੋਰੈਂਸ ਤੁਸੀਂ ਸਾਡੇ ਤੋਂ ਕਰਵਾਓ ਚਾਹੇ ਤੁਸੀਂ ਕਿਸੇ ਹੋਰ ਤੋਂ ਕਰਵਾਓ ਪਰ ਇੱਕ ਆਪਣੇ ਲਈ ਇੱਕ ਪਲਾਨ ਜਿਹੜਾ ਹੈਗਾ ਜ਼ਰੂਰ ਲੈ ਕੇ ਰੱਖੋ ਕੋਈ ਵੀ ਕੁਐਸਚਨ ਹੋਵੇ ਜੀ ਕੰਸਰਨ ਹੋਵੇ ਸਾਡੇ ਕਿਸੇ ਲਿਸਨਰ ਦਾ ਤਾਂ ਤੁਸੀਂ ਜ਼ਰੂਰ ਕੈਨੇਡੀਅਨ ਐਲਆਈਸੀ ਦੀ ਟੀਮ ਨੂੰ ਕਾਲ ਕਰ ਸਕਦੇ ਹੈ ਕਿ ਦਿਸ ਇਜ਼ ਹਰਪ੍ਰੀਤ ਪੁਰੀ ਫਰੋਮ ਕੈਨੇਡੀਅਨ ਐਲਆਈਸੀ ਐਂਡ ਦਾ ਨੰਬਰ ਟੂ ਕਾਲ ਇਜ਼ 416-543-9000 गलबात की जा सकती है। इना कई बार गड्डी चला रहे होने सिर्फ गूगल से लिखना है कैनेडियन एलआईसी डायरेक्ट नंबर आऊगा 416-543-9000। हरप्रीत जी कुछ होर ऐड करना चाहोगे? थैंक यू सो मच पाजी, टेक इट। इंस्टाग्राम फेसबुक यूट्यूब हर जगह लाइव हो चुके हैं। आज 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 देखो थोड़े वीर कि लगते हैं गल्ला बातें कि हो रही है। कमेंट जरूर करे करो जे थोड़ा टॉपिक पसंद आता है 905-673-3337 से थोड़े वीर गल्ला बातें कर रहे हैं। दोस्तों नायगरा फॉल जाना है, नायगरा फॉल असं जाने सारे जाने पर कद दिल करता भी उत्थे घर भी हो इनवेस्टमेंट वास्ते जा किवें भी होवे घर होवे किनू कॉल करनी है, कॉल करनी हैगी है प्रवीन छाबड़ा साहब नूं। दोस्तों बा कमाल रियल्टर, बा कमाल इंसान, इन्हां कोल बा कमाल प्रोजेक्ट आए हुए है। कॉल करो इन्हां नूं 289-931-1111 गौरव नरूला साहब का। गौरव नरूला साहब नूं कॉल करनी है, एक तो इन्हां कोले पिकरिंग दे विच सेंट्रल डिस्ट्रिक्ट लॉन्च होया, पिकरिंग दे विच नवां प्रोजेक्ट लॉन्च होया, इन्हां नूं कॉल करनी हैगी है। दूजी गल इन्हां दी खासियत जो दोस्तों हैगी है स्पेशली वाटरलू किचनर कैम्ब्रिज, ये तीन इलाकों वास्ते तां मैगना जिथे कहोगे उही जगह पैसा लवाउणगे जिथे तुहाडा फायदा होवे। कॉल ला लो, बड़े कमाल दे इंसान ने, मजा आजूगा क्योंकि तुहाडा कराउणगे फायदा। गौरव नरूला साहब 6477-63-0730। कॉल्स बहुत टाइम तो होल्ड ते ने, सॉरी मंगांगे पहला तां पर छोटियां रखांगे कॉल्स। हां जी सत श्री अकाल जी, सुखजिंदर साहब सत श्री अकाल, ਵਧੀਆ ਭਾਜੀ, ਸੋ ਸੋਰੀ ਕਾਫੀ ਦੇਰ ਹੋਲਡ ਕਰਾਈ ਭਾਜੀ, ਸੋਰੀ ਨਾ ਕਿ ਅਗਰ ਕੋਈ ਗੱਲ ਨਹੀਂ ਘਰ ਵਾਲੀ ਗੱਲ ਨਹੀਂ ਫਿਰ ਕੀ ਹੋਇਆ ਤੁਹਾਡੀ ਆਵਾਜ਼ ਕੰਨਾਂ 'ਚ ਪੈ ਰਹੀ ਸੀ ਹੋਰ ਕੀ ਚਾਹੀਦਾ ਦੋਸਤੋ ਗੱਲ? ਥੈਂਕ ਯੂ ਹਾਂਜੀ ਹੁਣ ਦਿਓ ਭਾਜੀ ਗੱਲ ਇਸ ਤਰ੍ਹਾਂ ਕਿ ਟੋਪਿਕ ਤੇ ਤੁਹਾਡਾ ਬਹੁਤ ਸੋਹਣਾ ਮੇਰਾ ਫੇਵਰਿਟ ਟੋਪਿਕ ਹੈ ਪਰ ਭਾਜੀ ਪਤਾ ਹੈ ਕਿ ਇਹਦੇ ਵਿੱਚ ਆਈ ਦੋ ਗੱਲਾਂ ਨੇ, ਉਹਦੇ ਵਿੱਚ ਦੋ ਗੱਲਾਂ ਇਦਾਂ ਨੇ ਭਾਜੀ ਕਿ ਪਹਿਲੇ ਟਾਈਮ ਤੇ ਅੱਜ ਦੇ ਟਾਈਮ ਵਿੱਚ ਫਰਕ ਪੈ ਗਿਆ। ਜਿੱਦਾਂ ਭਾਜੀ ਮੇਰਾ ਸਾਡੇ ਰਿਸ਼ਤੇਦਾਰਾਂ ਦਾ ਜਾਂ ਮੇਰਾ ਆਪਣਾ ਐਕਸਪੀਰੀਅੰਸ ਨਾ ਬਾਹਰ ਦੇ ਕੰਟਰੀਆਂ ਦਾ ਬਹੁਤ ਜ਼ਿਆਦਾ ਹੈ, ਇਹਦੇ ਵਿੱਚ ਭਾਜੀ ਇਹ ਆ ਕਿ ਜਿੱਦਾਂ ਪਹਿਲਾਂ ਤੁਹਾਡੇ ਭੂਆ ਦੇ ਮੁੰਡੇ ਤੇ ਗਏ ਜਰਮਨ ਰਸ਼ੀਆ ਬਾਰਡਰਾਂ ਚ ਗਏ, 6-6 ਮਹੀਨੇ ਜੇਲ੍ਹਾਂ ਚ ਰਹੇ, ਇੱਕ ਦਿਨ ਸਾਰਾ ਦਿਨ ਆਲੂ ਮਿਲਦਾ ਰਿਹਾ ਜਾਂ ਇੱਕ ਬ੍ਰੈਡ ਮਿਲਦੀ ਰਹੀ, ਉੱਥੇ ਸਰਵਾਈਵਲ ਕੀਤਾ, ਫੋਟੋ ਵੀ ਆਉਂਦੇ ਨੇ ਜਾਂ ਕੁਛ ਆ ਗਏ, ਕਿਉਂਕਿ ਸਾਡੇ ਘਰਦੇ ਨੇ ਕਿਹਾ ਸੀ ਕਿ ਤੁਹਾਨੂੰ ਦੋ ਨੰਬਰ ਨਹੀਂ ਭੇਜਣਾ, ਜਦੋਂ ਭੇਜਣਾ ਤੁਹਾਨੂੰ ਵੀਜ਼ੇ ਤੇ ਭੇਜਾਂਗੇ, ਵੈਰੀ ਗੁੱਡ, ਏਦਾਂ ਤੇ ਆਪੇ ਚਲੋ ਆਗੇ ਠੀਕ ਆ। ਪਰ ਭਾਜੀ ਮੇਰੇ ਦੂਜੇ ਪਾਸੇ ਮੇਰੀ ਉਹਨਾਂ ਦਾ ਵੀ ਹਮਦਰਦੀ ਹੈ ਕਿ ਦੁਨੀਆਦਾਰੀ ਦਾ ਮੇਰੇ ਹਿਸਾਬ ਨਾਲ ਹਰ ਬੰਦਾ ਖਿਲਾੜੀ ਹੈ, ਕਿਉਂਕਿ ਬੰਦਾ ਕਿਸੇ ਦਾ ਨਹੀਂ ਲਵਾਉਣਾ ਪੈਂਦਾ। ਪਰ ਗੱਲ ਕੀ ਹੁੰਦੀ ਹੈ ਜਦੋਂ ਪਹਿਲਾਂ 90s ਜਾਂ 2000 ਦੇ ਲਾਗੇ, ਉਹ ਜਿੱਦਾਂ ਭਾਈ ਵੇਖੋ ਤੁਸੀਂ ਅਮਰੀਕਾ ਤੁਸੀਂ ਵੇਖੋ, ਕੈਨੇਡਾ ਵੇਖੋ, ਨਿਊਜ਼ੀਲੈਂਡ ਵੇਖੋ, ਆਸਟ੍ਰੇਲੀਆ ਵੇਖੋ ਜਾਂ ਇੰਗਲੈਂਡ ਵੇਖੋ, ਜਿੰਨਾ ਇਹਨਾਂ ਨੇ ਯੰਗ ਬੰਦਾ ਐਜ਼ ਏ ਸਟੂਡੈਂਟ ਬਾਹਰ ਕਰ ਦਿੱਤਾ ਨਾ, ਇਹ ਯੰਗ ਨੂੰ ਕਦੀ ਜਿੱਦਾਂ ਮਿਲਣਾ ਨਹੀਂ ਸੀ ਭਾਜੀ। ਮੈਂ ਖੁਦ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਦਿੰਦਾ, ਕੈਨੇਡਾ ਦਾ ਸਟੂਡੈਂਟ, ਫਿਰ ਮੈਂ ਵਰਕ ਪਰਮਿਟ, ਫਿਰ ਮੈਂ ਪੀ ਆਰ ਲੈ ਕੇ, ਮੇਰੇ ਕੋਲ ਘਰ ਬਾਰ ਵੀ ਸੀ ਦੋ ਇੱਥੇ, ਤਾਂ ਵੀ ਮੈਨੂੰ ਮੈਂ ਤੇਰੇ ਗਿਆ ਸੀ ਨਰਿੰਦਰ ਰਿਹਾ, ਮੈਨੂੰ ਗਿਆ, ਮੈਨੂੰ ਅਮੈਰੀਕਾ ਦਾ ਵੀਜ਼ਾ ਨਹੀਂ ਸੀ ਮਿਲਿਆ, ਕਹਿੰਦੇ ਮੈਂ ਜੇ ਕਿੰਨਾ ਕੋਲ ਸੀ ਜੇ ਇਹ ਬੰਦਾ ਕਹੇ ਕਿ ਉੱਥੇ ਬੈਠਾ ਜਾਂਦਾ ਤਾਂ ਇੰਨਾ ਬਾਹਰ ਆ ਜਾਂਦਾ, ਕਦੀ ਨਹੀਂ ਸੀ ਨਿਕਲਣਾ ਇਹ। ਪਰ ਹੁਣ ਥੋੜਾ ਸਟੂਡੈਂਟ ਵੀਜ਼ਾ ਹੋ ਗਿਆ ਚਾਂਸ, ਤੇ ਇਸੇ ਬੇਸਿਸ ਤੇ ਆ ਗਏ ਜਿਹੜੇ ਉਦੋਂ ਵੀ ਬੰਦੇ ਆਉਂਦੇ ਰਹੇ ਉਹਨਾਂ ਦੀ ਵੀ ਸਸਤੀ ਦਾ ਮਤਲਬ ਇਨਵੈਂਸ਼ਨ, ਉਹਨਾਂ ਦੀ ਜ਼ਰੂਰਤ ਸੀ, ਉਹਨੂੰ ਰਾਹ ਇੰਨੀ ਹੈ ਨਹੀਂ ਸੀ। ਬਟ ਛੋਟਾ ਜਿਹਾ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਸੁਖਜਿੰਦਰ ਸਾਹਿਬ, ਇਸ ਕੁਐਸਚਨ ਸਿਰਫ ਇੰਨਾ ਕਿ ਵੀ ਸੇਫ ਤਰੀਕੇ ਨਾਲ ਆਉਣਾ ਚਾਹੀਦਾ ਹੈ ਜਾਂ ਜਿਵੇਂ ਮਰਜ਼ੀ ਆ ਜਾਓ? ਬਾਜੀ ਸੇਫ ਤਰੀਕੇ ਨਾਲ ਆਉਣਾ ਦੇ ਹਰ ਕੋਈ ਚਾਹੁੰਦਾ, ਪਰ ਉਸ ਟਾਈਮ ਤੇ ਜਿਹੜੇ ਮੈਂ ਗੱਲਾਂ ਕਰ ਰਿਹਾ ਉਸ ਦਾ ਲਈ ਤਰੀਕੇ ਸਹੀ ਨਹੀਂ ਹੈਗੇ। ਠੀਕ ਹੈ ਐਗਰੀ 2000 ਦੇ ਟਾਈਮ ਤੇ ਬਾਜੀ ਕਿੱਥੇ ਸਟੂਡੈਂਟ ਆਂਦਾ ਸੀ ਦੱਸੋ, ਇੰਨਾ ਕੰਟਰੀਆਂ ਤੇ ਆਈ ਨਹੀਂ। ਹੁਣ ਅੱਜ ਹੀ ਕੈਨੇਡਾ 5 ਬੈਂਡ ਦੇ ਬੰਦਾ ਪੱਕਾ ਕਰਦੇ ਆ ਹਨਾ ਕੈਨੇਡਾ। ਦੇਖੋ ਬਾਜੀ ਇਦਾਂ ਦੇ ਕੇਸ ਨੇ, ਜਦੋਂ ਮੈਂ ਆਇਆ ਬਿਲਕੁਲ ਮੁੰਡਾ ਸਾਡਾ ਯਾਰ ਦੋਸਤ ਇੱਕ ਮਾਸਟਰ ਕੀਤੀ ਹਾਵਰ ਜਿਹੜੀ ਸੀ ਅਮਰੀਕਾ ਦੀ ਟੋਕਿੰਗ ਸੀ। ਸੋਰੀ ਮੈਂ ਸੁਖਜਿੰਦਰ ਜੀ ਤੁਹਾਨੂੰ ਕੱਟ ਕਰੂੰਗਾ, ਸੋਰੀ ਕਾਫੀ ਕਾਲ ਦਾ ਜਿਹੜੇ ਸਾਰਿਆਂ ਨੇ ਵਿਊਜ਼ ਲੈਣੇ ਨੇ, ਸੋ ਸੋਰੀ।
ਮੈਂ ਤੁਹਾਡਾ ਵਿਊ ਲੈ ਲਿਆ ਵੀ ਸੇਫ ਤਰੀਕੇ ਨਾਲ ਆਉਣਾ ਚਾਹੀਦਾ। ਥੈਂਕ ਯੂ। ਬਿਲਕੁਲ ਜੀ, ਕਾਲ ਸਾਰਿਆਂ ਦੀ ਲਵਾਂਗੇ। ਅਭਿਸ਼ੇਕ ਸਾਹਿਬ ਸੋ ਸੋਰੀ, ਕਾਫੀ ਹੋਲਡ ਕਰਾਇਆ। ਹਾਂਜੀ ਵਿਊ ਰੱਖੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਸੋਰੀ ਨਾ ਬੋਲਿਆ ਕਰੋ ਭਾਜੀ। ਭਾਜੀ ਮੈਂ ਇਹ ਕਹੂੰਗਾ ਵੀ ਸੇਫ ਤਰੀਕੇ ਨਾਲ ਆਓ, ਨਾ ਤਾਂ ਤੁਸੀਂ ਐਕਸਪਲੋਇਟ ਹੋਵੋਗੇ ਤੇ ਆਪਦਾ ਕੰਮ ਕਰੋ ਆ ਕੇ। ਜਿਹੜਾ ਪੜ੍ਹਨ ਆਇਆ ਭਾਜੀ ਉਹ ਇੰਨਾ ਕੀ ਐਡਵਾਈਸ ਹੈ ਵੀ ਕੋਈ ਸਕਿੱਲ ਸਿੱਖਿਆ ਵੇ ਤਾਂ ਹੋਰ ਵੀ ਬੈਟਰ ਹੈ, ਜੋਬ ਅੱਛੀ ਮਿਲ ਜਾਂਦੀ ਹੈ ਪਾਰਟ ਟਾਈਮ। ਤੇ ਦੂਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਭਾਜੀ, ਮੇਰੇ ਸਟੂਡੈਂਟਸ ਭਰਾਵਾਂ ਨੂੰ, ਮੈਂ ਵੀ ਹਜੇ ਨਵਾਂ ਹੀ ਆਇਆ ਭਾਜੀ, ਆਪਾਂ ਟਿਕਟਾਕ ਤੇ ਵੀਡੀਓਸ ਤਾਂ ਪਾ ਦਿੰਦੇ ਆ ਮਸਟੈਂਗ ਦੀ ਤੇ ਜੀਪ ਰੈਂਗੂਲਰ ਦੀ, ਆਪਾਂ ਨੂੰ ਮਿਹਨਤ ਵਾਲੀ ਵੀ ਪਾਣੀ ਚਾਹੀਦੀ ਹੈ ਤੇ ਉੱਥੇ ਬੈਠਿਆਂ ਨੂੰ ਅਸਲੀ ਚਿਹਰਾ ਵੀ ਦਿਖੇ ਵੀ ਇਹਦੇ ਪਿੱਛੇ ਮਿਹਨਤ ਵੀ ਬਹੁਤ ਹੈ। ਕੀ ਬਾਤ ਹੈ, ਮੈਂ ਤਾਂ ਪਹਿਲੇ ਤਾੜੀਆਂ ਮਾਰਦੀ ਆ। ਉੱਥੇ ਡਾਲਰ ਲੱਗੇ ਨੀ ਜਿਹੜੇ ਤੋੜਨੇ ਆ ਤੇ ਗੱਡੀਆਂ ਲੈ ਲੈਣੀਆਂ, ਮਿਹਨਤ ਵਾਲੀਆਂ ਵੀ ਪਾਓ ਭਾਜੀ ਤਾਂ ਰਿਐਲਿਟੀ ਪਤਾ ਲੱਗੇ ਤੇ ਮੁੰਡੇ ਮਿਹਨਤੀ ਕਿੰਨੇ ਆ। ਬੜੀ ਕਮਾਲ ਦੀ ਗੱਲ ਕੀਤੀ ਹੈ, ਥੈਂਕ ਯੂ ਅਭਿਸ਼ੇਕ ਸਾਹਿਬ, ਬੜੀ ਕਮਾਲ ਦੀ ਗੱਲ ਕੀਤੀ ਹੈ। ਮੈਂ ਥੋੜਾ ਜਿਹਾ ਤੇ ਇਹ ਕਹੂੰਗਾ ਵੀ ਸੱਚੀ ਗੱਲ, ਅਭਿਸ਼ੇਕ ਸਾਹਿਬ ਨੇ ਬਾ ਕਮਾਲ ਗੱਲ ਕਹੀ ਹੈ ਦੋਸਤੋ, ਸੱਚੀ ਹੋ। ਸਿਰਫ ਇੰਨਾ ਕੁ ਨਾ ਪਾਈਏ ਮਸਟੈਂਗ ਤਾਂ, ਮੈਂ ਕਹਿੰਦਾ ਕਿਹੜੀ ਗੱਡੀ ਹੈ ਜਿਹੜੀ ਜਿਹੜਾ ਬੱਚਾ ਉਹਦੇ ਮਿਹਨਤ ਕਰਦਾ ਉਹ ਨਹੀਂ ਲੈ ਸਕਦਾ। ਮੈਂ ਕਹਿੰਦਾ ਹਰ ਗੱਡੀ ਹਰ ਬੱਚਾ ਲੈ ਸਕਦਾ, ਹਰ ਘਰ ਹਰ ਬੱਚਾ ਲੈ ਸਕਦਾ ਜਿਹੜਾ ਮਿਹਨਤ ਕਰਦਾ। ਇਸ ਕਰਕੇ ਬਿਲਕੁਲ ਬੜੀ ਸਹੀ ਗੱਲ ਕਹੀ ਹੈ, ਮਿਹਨਤਾਂ ਪਾਉਣੀਆਂ ਤੇ ਮਿਹਨਤਾਂ ਭਾਵੇਂ ਇਹ ਮੁਲਕ ਨੇ ਭਾਵੇਂ ਜਿਹੜੇ ਮੁਲਕਾਂ ਤੋਂ ਅਸੀਂ ਆ ਰਹੇ ਹਾਂ, ਹਰ ਮੁਲਕ ਦੇ ਵਿੱਚ ਦੋਸਤੋ ਮਿਹਨਤ ਕਰਕੇ ਹੀ ਰੰਗ ਲਾਊਗੀ। ਸਾਡੇ ਮਾਪਿਆਂ ਨੇ ਸਾਨੂੰ ਇੱਥੇ ਤੱਕ ਕਿਵੇਂ ਪਹੁੰਚਾਤਾ ਇਹ ਸੋਚ ਲਿਓ। ਇਹ ਜਿਸ ਦਿਨ ਅਸੀਂ ਇਹ ਸੋਚ ਲਿਆ, ਤੁਸੀਂ ਕੀ ਸੋਚਦੇ ਵੀ ਸਾਡੇ ਮਾਪਿਆਂ ਨੇ ਮਿਹਨਤ ਹੀ ਨਹੀਂ ਕਰੀ? ਕੀ ਸਾਨੂੰ ਲੱਗਦਾ ਹੈ ਵੀ ਅਸੀਂ ਆ ਕੇ ਉਰੇ ਸਕਿੱਲਡ ਵਰਕਰ ਕਰਨ ਲੱਗ ਗਏ? ਠੀਕ ਹੈ, ਹਰ ਲੈਵਲ ਦਾ ਕੰਮ ਕਰਨਾ ਪੈਂਦਾ, ਕੰਮ ਕੰਮ ਹੈ, ਛੋਟਾ ਵੱਡਾ ਕੋਈ ਕੰਮ ਨਹੀਂ ਹੁੰਦਾ, ਕੰਮ ਕੰਮ ਹੈ। ਇਸ ਕਰਕੇ ਸਿਰਫ ਦਿਮਾਗ ਦੇ ਵਿੱਚ ਇਹ ਰਹਿਣਾ ਚਾਹੀਦਾ ਹੈ ਵੀ ਮਿਹਨਤ ਕਰਨੀ ਹਰ ਜਗ੍ਹਾ ਜ਼ਰੂਰੀ ਹੋਊਗੀ ਜੇ ਲੈਵਲ ਪਾਉਣਾ ਹੈਗਾ, ਕੋਈ ਵੀ ਲੈਵਲ ਹੈ। ਕਾਲਾਂ ਛੋਟੀਆਂ ਛੋਟੀਆਂ ਲਵਾਂਗੇ, ਬਹੁਤ ਕਾਲਸ ਆਉਂਦੀਆਂ ਨੇ, 30 ਸੈਕਿੰਡ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹ ਕਿਆ ਬਾਤ ਹੈ, ਕਿਆ ਬਾਤ ਹੈ, ਹੋਰ ਸੁਣਾਓ ਘਰੇ ਸਭ ਠੀਕ ਠਾਕ ਹੈ? ਚਲੋ ਪ੍ਰਮਾਤਮਾ ਸੇਵ ਪਾਤਸ਼ਾਹ ਸਾਰਿਆਂ ਨੂੰ ਸਿਹਤਮੰਦ ਰੱਖੇ। ਬਹੁਤ ਬਹੁਤ ਦਿਲ ਖੁਸ਼ ਹੋਇਆ ਤੁਸੀਂ ਕਾਲ ਕੀਤੀ। ਹਾਂਜੀ ਰੱਖੋ ਆਪਣੇ ਵਿਊਜ਼, ਸੋਰੀ ਥੋੜੀ ਜਿਹੀ ਕਾਲ ਛੋਟੀ ਰੱਖਾਂਗੇ ਪਰ ਤੁਸੀਂ ਆਉਣ ਦਿਓ। ਐਕਚੁਅਲੀ ਆਣਾ ਸਭ ਨੂੰ ਚਾਹੀਦਾ, ਸਭ ਦਾ ਹੱਕ ਹੈਗਾ, ਰਾਈਟ ਹੈਗਾ, ਕਿਸੇ ਨੂੰ ਰੋਕਦੇ। ਇੱਥੇ ਮਿਹਨਤ ਦਾ ਮੁੱਲ ਪੈ ਜਾਂਦਾ, ਬਸ ਇਹੀ ਫਰਕ ਹੈ। ਇੱਕ ਜਿਹਾ ਮੁੱਲ ਨੀ ਪੈਂਦਾ, ਇੱਥੇ ਮੁੱਲ ਪੈ ਜਾਂਦਾ, ਸਭ ਕੁਝ ਬਣ ਜਾਂਦਾ ਜੀ। ਸਬਰ ਕਰੋ, ਮਿਹਨਤ ਕਰੋ ਤੇ ਵਾਹਿਗੁਰੂ ਦਾ ਨਾਮ ਲਓ, ਕਰਨੀ ਰੇਡੀਓ ਤੇ ਬੋਲ ਰਿਹਾ। ਮੈਂ ਸਾਡੇ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਇਸ ਟਾਈਮ ਪੂਰਾ ਸਾਨੂੰ ਪਤਾ ਹੈ 1 ਮਿਲੀਅਨ ਪਲੱਸ ਲਿਸਨਰਸ ਹੈਗੇ ਨੇ AM 530 ਦੇ, ਮੈਂ ਦੱਸਦਾ ਦੋਸਤੋ ਜੇ ਉਸ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਜੁੜੇ ਰਹੋਗੇ, ਜਿਹੜੇ ਵੀ ਪ੍ਰਮਾਤਮਾ ਨੂੰ ਜਿਹੜੇ ਵੀ ਰੱਬ ਨੂੰ ਤੁਸੀਂ ਮੰਨਦੇ ਹੋ ਜੇ ਉਹਦੀ ਸੱਚੀ ਲੀਨ ਦੇ ਵਿੱਚ ਰਹੋਗੇ ਨਾ, ਮੈਂ ਕਹਿੰਦਾ ਤੁਹਾਡੇ ਤੋਂ ਕਦੇ ਕੋਈ ਚੀਜ਼ ਨਹੀਂ ਗਵਾਚੀ ਜਾ ਸਕਦੀ। ਅਸੀਂ ਜਿਹੜੇ ਚੀਜ਼ਾਂ ਪਿੱਛੇ ਦੌੜਦੇ ਪਏ ਆ ਨਾ, ਸਾਡੇ ਪੈਰਾਂ 'ਚ ਰੁਲਣ ਗਈਆਂ ਇੱਕ ਦਿਨ ਆ ਕੇ। ਪਰ ਇਹ ਹੈ ਕਿ ਸਾਨੂੰ ਵਿਸ਼ਵਾਸ ਕਰਨਾ ਪਏਗਾ 100%। ਕਿਆ ਬਾਤ, ਔਰ ਉਹ ਹਾਲੀ 5% ਬੰਦੇ ਹੈਗੇ ਨੇ ਜਿਹੜੇ ਵਿਸ਼ਵਾਸ 100% ਕਰਦੇ ਨੇ। ਕਿਆ ਬਾਤ ਹੈ, ਨਜ਼ਾਰਾ ਲਿਆ। ਥੈਂਕ ਯੂ। ਮੈਂ ਚੌਥੀ ਗੱਲ ਨੀ ਫੋਲੋ ਕਰਦਾ, ਇਹ 3 ਗੱਲਾਂ ਫੋਲੋ ਕਰਦਾ, ਸਭ ਕੁਝ ਮਿਲ ਰਿਹਾ, ਨਜ਼ਾਰਾ ਆ ਗਿਆ। ਐਗਜ਼ਾਮਪਲ ਹੈ ਭਾਜੀ। ਤੁਸੀਂ ਸ਼ੋਅ ਦੀ ਗੱਲ ਬਾਤ ਬਣਾ ਦੀ ਇਹ 3 ਗੱਲਾਂ ਕਰਕੇ ਵਿਸ਼ਵਾਸ ਮੈਂ ਕਰ ਰਿਹਾ ਕਿ ਔਖੇ ਵੇਲੇ
सिलसिला हर जगह जाके खत्म हो जाता जो सचे पातशाह गुरबाणी वाहेगुरु सचे पातशाह बाबा नानक जी जो उन्होंने गल्लां बातां करदे आ मेहनत तां दोस्तों करनी पैणी आ पर मेरा दिल उदो दुखदा है जदों असीं सोचदे नहीं हैगे मुल्कां दे विच आओ जिहड़े मुल्क तुहानूं पसंद ने आओ पर क्यों ना असीं सही तरीका चुणीए। बड़ी छोटी जी कॉल लवांगे टाइम बड़ा थोड़ा रह गया कॉल लैंदे 0080 काफी देर तो होल्ड ते है पर उस तो पहला नंबर देने बड़े जरूरी ने दोस्तों ब्रैंटफोर्ड दे विच कोई भी प्रॉपर्टी देखनी हैगी रणदीप चौहान जी ते नव विरक जी दे नाल गलबात की जा सकती है। नव विरक जी का डायरैक्ट नंबर है 226-450-1197 226-450-1197 ते नव विरक जी नाल गलबात की जा सकती है ते रणदीप चौहान जी का नंबर नोट करो 6472423944 इन्हां कोल एटीबी को दे विच कॉन्डोज आए हैगे ने जिन्हां दी ऑक्यूपेंसी 2023 दे विच हुई है एक तो लैके तीन बैडरूम हैगे ने जिम हैगा योगा स्टूडियो हैगा मैं कहना बथेरियां चीजा हैगियां ने कॉल ला लो इन्वेस्टमेंट लैनी है जिस तरीके नाल भी देख रहे हैगे हो इन्हां नूं कॉल लाओ। नव विरक जी का नंबर 226-450-1197 रणदीप जी का नंबर 6472423944 ते दूजा नंबर नोट करना है दोबारा नंबर थोनों देना गगन नरुला साहब का दोस्तों गगन नरुला साहब को वाह कमाल प्रॉपर्टीज आ रही है इन्हों का नंबर नोट करो 6475492409 एवरी डे तुसी गगन साहब का नंबर सुन दो एवरी डे असी नवा प्रोजेक्ट दसते हैं क्योंकि एक्टिव ऑलवेज एक्टिव जिन्हों कहते होंगे ने रियल्टर वो है एप्पल वुड टाउन तो इन्हों को नवा प्रोजेक्ट आया कॉन्डोज आए इनवेस्टमेंट चाहे रहना है चाहे इनवेस्टमेंट करनी है कॉल ला लो इन्हों 6475492409 ते दूजा नंबर गौरव नरूला साहब का इन्हों को बा कमाल प्रोजेक्ट जो नवा आया है पिकरिंग दे विच सेंट्रल डिस्ट्रिक्ट नवा लॉन्च होया पिकरिंग दे विच इन्हों कॉल ला लो इसकी ज्यादा जानकारी लैन वास्ते 6477630730 647-763-073-0 ते गलबात की जा सकती है ते तुहानू नंबर दईए दोस्तों इंश्योरेंस लाइन दे विच कमर्शियल ब्रेक लैनी हैगी है बहुत वड्डा नाम उमर प्रीत चावला जी दा आओ सुनिए। मैनूं पता तुहाडी जिंदगी खुशहाल है ते खुशहाली सोहणी लगदी है पर जेकर कोई सीरियस एक्सीडेंट हो जाए या फिर किसी तरह की क्रिटिकल इलनेस का हो जाओ शिकार तो कौन भरेगा तुहाडे घर दी मॉर्गेज कित्थों आएगी इनकम किवें चलेगी जिंदगी दी गड्डी अगे अपनी इंश्योरेंस जरूर करवाओ कॉल करो उमर प्रीत चावला नू जिना तो मॉर्गेज इंश्योरेंस लाइफ इंश्योरेंस क्रिटिकल इलनेस डिसेबिलिटी इंश्योरेंस करवा सकते हो ते नाल ही विजिटर वीजा इंश्योरेंस सुपर वीजा ट्रैवल इंश्योरेंस आरईएसपी ते होर इन्वेस्टमेंट्स ले हुणे करो कॉल उमर प्रीत चावला नू 6474461616 उमर प्रीत चावला जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप है फर्स्ट टाइम होम बायर मयंक भटनागर जी 647-202-3 बिल्कुल बिल्कुल दोस्तों दोबारा स्वागत है बहुत टाइम दी शॉर्टेज हैगी है बसी साहब साडे नाल जुड़ चुके ने सत श्री अकाल बाजी बाजी पहला तो हाथ जोड़ के दोनों भरावां नु सत श्री अकाल सत श्री अकाल जी सत श्री अकाल और सुनाओ सो सॉरी काफी वेट कराई कोई चक्कर नहीं बाजी बाबा स्वेर टाइम वेट करा लो कोई चक्कर नहीं दिलां नु दिलां दी तांग क्या बात है उड़ दो छोटा जिहा क्वेश्चन पुछिया सी साडे स्रोतियां तों वी बाहर आउण दे तरीके बाहर असीं सारे आउणा चाहुंदे आ
ਕਈ ਕੀ ਤਰੀਕੇ ਸੇਲ ਤਰੀਕੇ ਹੋਣੇ ਚਾਹੀਦੇ ਜਿਵੇਂ ਜਾਂ ਜਿਵੇਂ ਮਰਜ਼ੀ ਆ ਜਾਓ ਭਾਜੀ ਬੇਸ਼ੱਕ ਬਾਹਰ ਆ ਜਾਓ ਜਾਂ ਅੰਦਰ ਉੱਥੇ ਰਹਿ ਲਓ ਇੰਡੀਆ ਆਪਾਂ ਨੂੰ ਕਮਾਈ ਤਾਂ ਕਰਨੀ ਪੈਣੀ ਬਿਲਕੁਲ ਕਿਆ ਬਾਤ ਹੈ ਕਿਉਂਕਿ ਜੇ ਮਾਂ ਪਿਓ ਨੇ ਸਾਡੇ ਲਈ ਕੁਛ ਬਣਾ ਤਾਂ ਅਸੀਂ ਵੀ ਆਪਣੇ ਧੀਆਂ ਪੁੱਤਾਂ ਲਈ ਕੁਛ ਛੱਡ ਕੇ ਚੱਲ ਜਾਈਏ ਜਿਹੜੇ ਸਾਡੇ ਨੂੰ ਯਾਦ ਕਰਨਗੇ ਰਾਈਟ ਹੈ ਕਿ ਨਹੀਂ ਬਾਕੀ ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜੇ ਆ ਬਿਲਕੁਲ ਤੁਸੀਂ ਲਾਸਟ ਦੇ ਵਿੱਚ ਬਿਲਕੁਲ ਲਾਸਟ ਗੱਲ ਕਰਤੀ ਕਮਾਲ ਦੀ ਗੱਲ ਥੈਂਕ ਯੂ ਹਾਂਜੀ ਥੈਂਕ ਯੂ ਬਿਲਕੁਲ ਦੋਸਤੋ ਮਿਹਨਤ ਕਰਨੀ ਕਿਸੇ ਮਰਜ਼ੀ ਮੁਲਕ ਦੇ ਵਿੱਚ ਰਹਿ ਲਈਏ ਮਿਹਨਤ ਤਾਂ ਤੁਹਾਨੂੰ ਕਰਨੀ ਹੀ ਪੈਣੀ ਹੈ ਮਿਹਨਤ ਕਰਕੇ ਹੀ ਫਲ ਲੱਗਣਾ ਕਿਸੇ ਵੀ ਹਿਸਟਰੀ ਦੇ ਵਿੱਚ ਕਿਸੇ ਵੀ ਬੰਦੇ ਨੂੰ ਦੇਖ ਲਓ ਮੈਂ ਕਹਿੰਦਾ ਬਾਹਰ ਜਾਣ ਦੀ ਲੋੜ ਹੀ ਨਹੀਂ ਇੰਟਰਨੈਟ ਨੂੰ ਫੋਲੋ ਕਰਨ ਦੀ ਲੋੜ ਹੀ ਨਹੀਂ ਆਪਦੇ ਘਰ ਹੀ ਦੇਖ ਲਓ ਆਪਦੇ ਮਾਪਿਆਂ ਨੂੰ ਜੇ ਉਹ ਮਿਹਨਤ ਨਾ ਕਰਦੇ ਤਾਂ ਸਾਡੇ ਅੰਦਰ ਐਡੀ ਗੱਠ ਨਹੀਂ ਹੋਣੀ ਸੀ ਮੇਰੇ ਵਰਗੇ ਦੇ ਅੰਦਰ ਐਡੀ ਗੱਲਬਾਤ ਕਰਨ ਦੀ ਦਮ ਹੀ ਨਹੀਂ ਹੋਣਾ ਸੀ ਜੇ ਸਾਡੇ ਮਾਪੇ ਮਿਹਨਤ ਨਾ ਕਰਦੇ ਇਸ ਕਰਕੇ ਮਿਹਨਤ ਕਰਨੀ ਹੈ ਜਿੱਥੇ ਮਰਜ਼ੀ ਰਹਿਣਾ ਰੋਣਾ ਟਿੱਪਣਾ ਬਸ ਬੰਦ ਜੇ ਕੰਮ ਕਰਨੇ ਨੇ ਤਾਂ ਕੰਮ ਕਰਕੇ ਹੀ ਮਿਲਣਾ ਹੈਗਾ ਜਾਂਦੇ ਜਾਂਦੇ ਟਾਈਮ ਬੜਾ ਥੋੜਾ ਰਹਿ ਗਿਆ ਹੈਗਾ ਸਿੰਘ ਕਿਚਨ ਕੈਬਨਿਟ ਦਾ ਨੰਬਰ ਨੋਟ ਕਰੋ ਦੋਸਤੋ ਕਿਚਨ ਨੂੰ 5-star ਦੀ ਲੁੱਕ ਦੇਣੀ ਹੈਗੀ ਇੱਕੋ ਇੱਕ ਨਾਮ ਹੈਗਾ 6472015569 6472015569 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਦੂਜਾ ਨੰਬਰ ਨੋਟ ਕਰਨਾ ਹੈਗਾ ਦੋਸਤੋ ਸੰਦੀਪ ਸਾਹਿਬ ਦਾ ਡਰਾਈਵ ਟੂ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਬਾਬਤ ਕੋਈ ਵੀ ਗੱਲਬਾਤ ਹੈਗੀ ਹੈ ਨੰਬਰ ਨੋਟ ਕਰੋ ਸੰਦੀਪ ਸਿੰਘ ਸਾਹਿਬ ਦਾ 6476739025 6476739025 ਤੇ ਹੁਣ ਲੈਂਦੇ ਹਾਂ ਇਜਾਜ਼ਤ ਥੈਂਕ ਯੂ ਸੋ ਮਚ ਤੁਹਾਡੇ ਸਾਰੇ ਵਿਊਜ਼ ਵਾਸਤੇ ਤੇ ਮਾਫ਼ੀ ਮੰਗਦੇ ਹਾਂ ਜੇ ਕਿਸੇ ਨੂੰ ਵੀ ਕੋਈ ਗੱਲ ਬੁਰੀ ਲੱਗੀ ਹੋਵੇ ਪਰ ਦੋਸਤੋ ਸਿਰਫ ਇਹ ਟੌਪਿਕ ਦਾ ਕੰਕਲੂਡ ਕਰਦੇ ਹੋਏ ਆਉਣਾ ਜੀ ਸਦਕੇ ਆਓ ਜਾਣਾ ਜੀ ਸਦਕੇ ਜਾਓ ਪਰ ਸਹੀ ਤਰੀਕੇ ਨਾਲ ਪੜ੍ਹੋ ਮਿਹਨਤ ਕਰੋ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਪਾਓਗੇ ਸੁਣਦੇ ਰਹੋ ਸਾਂਝ ਰੇਡੀਓ ਟੋਰਾਂਟੋ ਸੁਣਦੇ ਰਹੋ ਸਾਂਝ ਰੇਡੀਓ